ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਗਿਆ ਰਹੈ ਸੈ ਮੰਦਰ ਮਹਦ ਜੈਪੁਰ ਤੇ ਤਹਿਵਾਏ ਤਰਾਸ ਉਪਾਏ ਬਿੰਦ ਕੋ ਤੁਰਕ ਤੇਜ ਤਪਤਾਏ ਗਿਆ ਰਹੈ ਸੈ ਮੰਦਰ ਮਹਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਦਾਨ ਦੀਨ ਦਇਾਲ ਪਦਿਤ ਪਾਵਨ ਭਗਤ ਵਛਲ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਰਹਿਮਤ ਦਾ ਸਦਕਾ ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸ ਪਾਤਸ਼ਾਹਿਆਂ ਦੇ ਜੋਤ ਸਰੂਪ ਪ੍ਰਤੱਖ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੇਖੇ ਵਡਪਾਗੀ ਜਨ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਹੁਣ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ ਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਦੇ ਪ੍ਰਸੰਗ ਸੁਣਾਉਂਦਿਆਂ ਹੋਇਆਂ ਕਵੀ ਭਾਈ ਸੰਤੋਖ ਸਿੰਘ ਜੀ ਦੇ ਨਾਲ-ਨਾਲ ਸਮੇਂ ਦੀ ਹਕੂਮਤ ਦੇ ਬਾਬਤ ਵੀ ਜੋ ਵਿਚਾਰ ਹਨ ਜੋ ਉਸ ਵੇਲੇ ਦੇ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂਆਂ ਦੇ ਉੱਪਰ ਜ਼ੁਲਮ ਟਾਹੇ ਉਹ ਪ੍ਰਸੰਗ ਵੀ ਬਿਆਨ ਕੀਤੇ ਐ ਕਾਜ਼ੀਆਂ ਮੁੱੱਲਾਂ ਦੇ ਪ੍ਰੇਰੇ ਹੋਏ ਔਰੰਗਜ਼ੇਬ ਨੇ ਮਥਰਾ ਵਿੱਚ ਜਾ ਕੇ ਮੰਦਰਾ ਨੂੰ ਮੂਰਤੀਆਂ ਨੂੰ ਢਾਇਆ ਉਥੇ ਜਿਸ ਵੇਲੇ ਇਹ ਇੱਕ ਦੁਸ਼ਟ ਸੁਭਾਅ ਵਾਲੇ ਨੇ ਸਲਾਹ ਦਿੱਤੀ ਹੈ ਕਿ ਜੇ ਇੱਥੇ ਜਿਵੇਂ ਤੁਸੀਂ ਇੱਥੇ ਮੰਦਰ ਢਾ ਦਿੱਤੇ ਆ ਬਹੁਤ ਸਾਰੇ ਮੰਦਰ ਢਾਏ ਨੇ ਇਸੇ ਤਰ੍ਹਾਂ ਜੈਪੁਰ ਦੇ ਵਿੱਚ بڑے ਮੰਦਰ ਨੇ ਉਥੇ ਉਥੋਂ ਦਾ ਜੋ ਰਾਜਾ ਹੈ ਜੈ ਸਿੰਘ ਸਵਾਈ ਉਸ ਨੇ ਬੜੇ ਸੋਹਣੇ ਧਨ ਦੁਆਰਾ ਖਰਚ ਕੇ ਬਹੁਤਾ ਧਨ ਖਰਚ ਕੇ ਮੰਦਰ ਤਿਆਰ ਕਰਵਾਏ ਬਹੁਤ ਸੁੰਦਰ ਮੂਰਤੀਆਂ ਵਿੱਚ ਸਥਾਪਿਤ ਕੀਤੀਆਂ ਇਸ ਲਈ ਉੱਥੇ ਜਾਣਾ ਚਾਹੀਦਾ ਹੈ ਇਸਲਾਮ ਮਿਲਣ ਤੇ ਰੰਗਜੀਤ ਭਵਜਾਂ ਸਮੇਤ ਜੈਪੁਰ ਵਿਖੇ ਆਇਆ ਮੰਦਰ ਢਾਉਣੇ ਮੂਰਤੀਆਂ ਭੰਨਣੀਆਂ ਸ਼ੁਰੂ ਕੀਤੀਆਂ ਜਿਹੜੇ ਮੰਦਰਾਂ ਦੇ ਵਿੱਚ ਪੁਜਾਰੀ ਸਨ ਟੱਲ ਖੜਕਾਉਣ ਵਾਲੇ ਉਹ ਪੂਜਾ ਦਾ ਸਮਾਨ ਛੱਡ ਕੇ ਕਈ ਭੱਜ ਤੁਰੇ ਛੋਟੀਆਂ ਮੂਰਤੀਆਂ ਤਾਂ ਕਈਆਂ ਨੇ ਉਠਾ ਲਈਆਂ ਪੂਜਾ ਦੇ ਭਾਂਡੇ ਵੀ ਕਈਆਂ ਨੇ ਚੁੱਕ ਲਏ ਪਰ ਭੱਜੇ ਜਾਂਦਿਆਂ ਹੋਿਆਂ ਨੂੰ ਔਰੰਗਜ਼ੇਬ ਦੇ ਸਿਪਾਈਆਂ ਨੇ ਫੜਿਆ ਜਿਨ੍ਹਾਂ ਕੋਲੋਂ ਭੱਜਿਆ ਗਿਆ ਉਹ ਤਾਂ ਭੱਜ ਕੇ ਆਪਣੇ ਘਰਾਂ ਵਿੱਚ ਜਾ ਲੁਕੇ ਜਿਹੜੇ ਨਹੀਂ ਭੱਜ ਸਕੇ ਉਹ ਰਾਹ ਵਿੱਚ ਹੀ ਫੜ ਲਏ ਉਹ ਜਾਦਾ ਸਮਾਨ ਭਾਂਡੇ ਆਦਿਕ ਤੇ ਮੂਰਤੀਆਂ ਆਦ ਕੋਨਾਂ ਕੋਲੋਂ ਖੋਹ ਕੇ ਭੰਨ ਦਿੱਤੀਆਂ ਜਿੰਨਾ ਸੀ ਧਨ ਉਥੇ ਉਹ ਉਹਨਾਂ ਨੇ ਲੁੱਟ ਲਿਆ ਇਉਂ ਜਿਸ ਪ੍ਰਕਾਰ ਜਦੋਂ ਇਹਵੇਂ ਕੀਤਾ ਗਿਆ ਜੈ ਸਿੰਘ ਦੇ ਪਾਸ ਪੰਡਤਾ ਨੇ ਜਾ ਕੇ ਬੇਨਤੀ ਕੀਤੀ ਜੋ ਜੈਪੁਰੀ ਦਾ ਰਾਜਾ ਹੈ ਤੇ ਉਸਨੇ ਕਿਹਾ ਮੈਂ ਮਿਲ ਕੇ ਜਾ ਗੱਲ ਕਰਦਾ ਹਾਂ ਭੇਟਾ ਦੇ ਕੇ ਮਿਲਦਾ ਹਾਂ ਦੋ ਹਾਥੀ ਬੜੇ ਹੀ ਸੋਹਣੇ ਸੁਨਹਿਰੀ ਹਉਦਿਆਂ ਵਾਲੇ ਤਿਆਰ ਕੀਤੇ 11 ਸੁੰਦਰ ਕਾਠੀਆਂ ਸੋਨੇ ਦੀਆਂ ਵਾਲੇ ਘੋੜੇ ਜੋ ਲੈ ਕੇ ਹੀਰੇ ਮੋਤੀ ਤੇ ਸੋਨੇ ਦੀਆਂ ਮੋਹਰਾ ਤੇ ਪਸ਼ਮੀਨੇ ਦੇ ਬਸਤਰ ਭੇਟਾ ਲੈ ਕੇ ਗਿਆ ਰੰਗਜੀਬ ਕੋਲ ਜਾ ਕੇ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਹੁਕਮ ਭੇਜਦੇ ਪਰਵਾਨਾ ਲਿਖ ਕੇ ਤਾਂ ਮੈਂ ਹੀ ਇਹ ਕੰਮ ਤੁਹਾਡੇ ਵੱਲੋਂ ਕਰਾ ਦਿੰਦਾ ਤੁਸਾਂ ਕਿਉਂ ਇੰਨੀ ਇੱਥੇ ਆਉਣ ਦੀ ਖੇਚਲ ਕੀਤੀ ਇਹ ਸੁਣ ਕੇ ਰੰਗਜੀਬ ਨੇ ਕਿਹਾ ਕਿ ਤੈਨੂੰ ਕੀ ਯਾਦ ਕਰਨਾ ਸੀ ਜਾ ਜਿੱਥੇ ਜਾਣਾ ਹੈ ਰੋ ਜਾ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਮੈਂ ਇਹ ਕੰਮ ਕੀਤਾ ਆ ਬੇਨਤੀ ਔਰ ਉਹਦੀ ਜੈ ਸਿੰਘ ਸਵਾਈ ਦੀ ਨਾਮ ਪ੍ਰਵਾਨ ਕੀਤੀ ਜੈ ਸਿੰਘ ਨੇ ਪੇਟਾ ਵੀ ਸਭ ਕੀਮਤੀ ਸਮਾਨ ਹਾਥੀ ਘੋੜੇ ਆਦਿਕ ਅਰਪਣ ਕਰ ਦਿੱਤੇ ਪਰ ਕਾਰਜ ਫਿਰ ਵੀ ਨਾ ਸਰਿਆ ਵਾਪਸ ਘਰੇ ਜਾਣ ਤੇ ਬ੍ਰਾਹਮਣਾਂ ਨੂੰ ਮਹਾਰਾਗਿਆਂ ਨੂੰ ਕਹਿ ਦਿੱਤਾ ਕਿ ਮੇਰਾ ਵਾਸ ਨਹੀਂ ਚੱਲ ਸਕਿਆ ਠਾਕੁਰ ਨੂੰ ਇਵੇਂ ਹੀ ਮਨਜ਼ੂਰ ਹੋਵੇਗਾ ਇਹੋ ਕੇ ਰਹਿਣਾ ਸੀ ਜਿਸ ਵੇਲੇ ਸਭ ਦੇਵ ਦਿਵਾਲੇ ਟਾ ਦਿੱਤੇ ਐ ਉਥੋਂ ਅੱਗੇ ਜਿਸ ਪ੍ਰਕਾਰ ਔਰੰਗਜ਼ੇਬ ਤੁਰਨ ਲੱਗਾ ਉਹ ਪ੍ਰਸੰਗ ਦੀ ਵਿਚਾਰ ਭਾਵਨਾ ਸਹਿਤ ਇਕਾਗਰਤਾ ਨਾਲ ਸਰਵਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ 11 ਰਹਸੈ ਮੰਦਰ ਮਹਦ ਜੈਪੁਰੀ ਜੋ ਕਿ ਅੱਜ ਕੱਲ ਰਾਜਸਥਾਨ ਦੇ ਵਿੱਚ ਹੀ ਐ ਜੈਪੁਰ ਨਗਰ ਸੋ ਉਥੇ 1100 ਦੀ ਗਿਣਤੀ ਵਿੱਚ ਭਾਰੀ ਜੋ ਵੱਡੇ ਮੰਦਰ ਸਨ ਉਹਨਾਂ ਨੂੰ ਢਾਹ ਕੇ ਜੈਪੁਰ ਤੇ ਟਹਿਵਾਏ ਟਹਿਵਾਏ ਜੋ ਢਾਹ ਕੇ ਉਥੋਂ ਜੈਪੁਰੀ ਨਗਰ ਦੇ ਵਿੱਚੋਂ ਮੰਦਰ ਅਤੇ ਬੁੱਤ ਪਨਵਾ ਕੇ ਤਰਾਸ ਉਪਾਏ ਵਿਹਿੰਦ ਕੋ ਤੇ ਬਹੁਤਾ ਹਿੰਦੂਆਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਔਰੰਗਜ਼ੇਬ ਨੇ ਤੁਰਕ ਤੇਜ ਤਪਤਾਏ ਇਸ ਪ੍ਰਕਾਰ ਉਹਨਾਂ ਲੋਕਾਂ ਨੇ ਜਾਣਿਆ ਕਿ ਇਸ ਤੁਰਕ ਬਾਦਸ਼ਾਹ ਦਾ ਬਹੁਤਾ ਤੇਜ ਪ੍ਰਤਾਪ ਪ੍ਰਗਟ ਹੋ ਰਿਹਾ ਹੈ ਚੌਪਈ ਭਈ ਪ੍ਰਾਤ ਜਦ ਸਭਾ ਲਗਾਈ ਤੇ ਜਿਸ ਵੇਲੇ ਅਗਲਾ ਦਿਨ ਹੋਇਆ ਸਵੇਰ ਵੇਲੇ ਔਰੰਗਜ਼ੇਬ ਨੇ ਜੈਪੂਰੀ ਦੇ ਵਿੱਚ ਆਪਣੀ ਸਭਾ ਲਗਾਈ ਕਾਜ਼ੀ ਅਰ ਮੁਲਾ ਸਮਦਾਈ ਬਹੁਤ سارے ਕਾਜ਼ੀ ਤੇ ਮੁਲਾਣੇ ਆਪਣੇ ਪਾਸ ਉਸਦੇ ਹਜ਼ੂਰੀ ਵਿੱਚ ਹਨ ਜਿਦ ਕਹਿ ਬਾਤ ਕਰਤ ਜੇ ਗਾਡੇ ਜਿਹੜੇ ਕਿ ਮੌਤੀ ਭਾਰੀਆਂ ਗੱਲਾਂ ਕਰਦੇ ਨੇ ਜਿਦ ਬਾਜੀ ਵਾਲੀਆਂ ਬਹੁਤੀਆਂ ਵਿਚਾਰਾ ਜੋ ਦਸਣ ਵਾਲੇ ਹਨ ਅਪਰ ਅਨਕ ਆਏ ਹੋਏ ਠੰਡੇ ਤੇ ਹੋਰ ਵੀ ਅਨੇਕਾ ਹੀ ਜਿਹੜੇ ਆ ਗਏ ਹਨ ਜੋ ਵੀ ਔਰੰਗਜੀਬ ਦੇ ਪਾਸ ਨਜ਼ਦੀਕੀ ਹਨ ਸਬਨ ਸੰਗ ਨੌਰੰਗ ਨੇ ਕਹਿਓ ਤੇ ਕਈ ਆਣ ਕੇ ਖੜੇ ਹੋ ਗਏ ਐ ਕਈ ਬੈਠ ਗਏ ਨੇ ਸਬਨਾਂ ਦੇ ਤਾਈ ਔਰੰਗਜੀਬ ਨੇ ਇਸ ਤਰ੍ਹਾਂ ਆਖਿਆ ਇਸ ਪੁਰ ਕੋ ਮੰਦਰ ਗਨ ਟਹਿਓ ਕਿ ਇਸ ਨਗਰ ਜੈਪੁਰ ਦੇ ਵਿੱਚੋਂ ਬਹੁਤ ਸਾਰੇ ਮੰਦਰ ਜੋ ਠਾਕੁਰ ਦੁਆਰੇ ਢਾ ਦਿੱਤੇ ਗਏ ਹਨ ਆਗੈ ਨਹੀਂ ਬਣਾਵੇ ਕੋਈ ਤੇ ਇੱਥੇ ਇਹਨਾਂ ਲੋਕਾਂ ਨੂੰ ਪੰਡਤਾਂ ਬ੍ਰਾਹਮਣਾਂ ਨੂੰ ਤਾਕੀਦ ਕਰ ਦਿਓ ਕਿ ਕੋਈ ਵੀ ਗਾਂ ਵਾਸਤੇ ਮੰਦਰ ਨਾ ਬਣਾਵੇ ਇਹ ਮਸਜਾਏ ਸਭ ਹਨ ਕਹੋ ਹੋਈ ਕਿਉਂਕਿ ਸਭਨਾਂ ਨੂੰ ਇਸ ਤਰ੍ਹਾਂ ਦੀਆਂ ਬਹੁਤ ਭਿਆਨਕ ਸਜ਼ਾਵਾਂ ਦਿੱਤੀਆਂ ਗਈਆਂ ਨੇ ਜਿਹੜਾ ਕੋਈ ਅੱਗੇ ਬੋਲਦਾ ਸੀ ਉਸ ਨੂੰ ਮਾਰਿਆ ਗਿਆ ਹੈ ਜਾਂ ਉਹਨਾਂ ਨੂੰ ਕੈਦ ਵਿੱਚ ਪਾਇਆ ਗਿਆ ਹੈ ਭਗਨ ਕਰੇ ਬੁੱਤ ਮੰਦਰ ਗਿਰੇ ਜਿਹੜੇ ਮੰਦਰ ਹਨ ਉਪਨ ਦਿੱਤੇ ਹੈ ਉਹਨਾਂ ਵਿੱਚ ਜੋ ਬੁੱਤ ਨਹੀਂ ਆਈ ਜੋ ਮੂਰਤੀਆਂ ਉਹ ਵੀ ਪਨ ਸੁਟੀਆਂ ਹਨ ਤਰਾਸ ਬਿਲੰਦਰ ਦੇ ਮੈਂ ਧਰੇ ਇਹ ਬਹੁਤ ਸਾਰਾ ਡਰ ਇਹਨਾਂ ਨੇ ਧਾਰਨ ਕਰ ਲਿਆ ਹੈ ਹਿੰਦੂਆ ਨੇ ਪੁਜਾਰੀ ਲੋਕਾਂ ਨੇ ਅਪਣ ਧਰਮ ਤੇ ਧੀਰਜ ਛੂਟੇ ਤੇ ਇਹਨਾਂ ਦਾ ਜੋ ਆਪਣੇ ਧਰਮ ਤੋਂ ਹੌਂਸਲਾ ਹੈ ਦ੍ਰਿੜਤਾ ਹੈ ਉਹ ਜਾਂਦਾ ਰਿਹਾ ਹੈ ਹੁਣ ਇਹਨਾਂ ਦੀ ਪ੍ਰਪੱਕਤਾ ਨਹੀਂ ਆਪਣੇ ਧਰਮ ਤੇ ਕਰਹਿ ਬਿਲੋਕਨ ਇਸ਼ਟ ਜੇ ਫੂਟੇ ਤੇ ਜਦੋਂ ਕਿ ਇਹ ਆਪਣੇ ਇਸ਼ਟਾ ਨੂੰ ਹੀ ਭੰਨੇ ਤੋੜੇ ਹੋਏ ਵੇਖਣਗੇ ਤਾਂ ਫਿਰ ਇਨਾਂ ਦਾ ਆਪਣੇ ਧਰਮ ਤੋਂ ਨਿਸ਼ਚਾ ਹੁਣ ਜਾਂਦਾ ਰਹੇਗਾ ਅਭਿੰਦ ਵਾਇਨ ਕੋਜ ਅਭਿੰਦ ਵਾਇਨ ਕੋ ਜਹ ਜ਼ੋਰ ਤੇ ਹੁਣ ਇਸ ਤਰ੍ਹਾਂ ਦੱਸੋ ਤੁਸੀਂ ਕਿ ਇੱਥੋਂ ਤਾਂ ਮੰਦਰ ਟਾ ਦਿੱਤੀਆ ਜਿਹੜੀਆਂ ਮੂਰਤੀਆਂ ਬੜੀਆਂ ਕੀਮਤੀ ਸਨ ਉਹ ਵੀ ਭੰਨ ਦਿੱਤੀਆਂ ਨੇ ਤੇ ਇਨਾਂ ਤਾਂ ਹੌਸਲਾ ਹਾਰ ਜਾਣਾ ਕਿਸੇ ਨੇ ਪੂਜਾ ਵੀ ਨਹੀਂ ਕਰਨੀ ਆਪਣੇ ਇਸ਼ਟਾ ਨੂੰ ਆਪਣੇ ਭਗਵਾਨਾਂ ਨੂੰ ਕਮਜ਼ੋਰ ਜਾਣ ਕੇ ਕਿ ਸਾਡੇ ਤਾਂ ਕੋਈ ਸਮਰੱਥਾ ਹੀ ਨਹੀਂ ਹੈ ਸਾਡੇ ਇਸ਼ਟ ਵਿੱਚ ਜਿਸ ਕਰਕੇ ਕਿ ਇਹ ਜੋ ਜਲਮਹਾਨ ਇਹਨਾਂ ਨੂੰ ਟਾ ਸਕੇ ਹਨ ਸੋ ਇਸ ਲਈ ਤਾਂ ਹੁਣ ਅਗਾ ਵਾਸਤੇ ਪੂਜਾ ਨਹੀਂ ਕਰਨਗੇ ਹੁਣ ਕਾਜੀ ਮੁੱਲਾ ਮਲਾਣਿਓ ਤੁਸੀਂ ਇਹ ਦੱਸੋ ਕਿ ਜਿਸ ਥਾਂ ਤੇ ਜਿਸ ਨਗਰ ਦੇ ਵਿੱਚ ਬਹੁਤਾ ਜ਼ਿਆਦਾ ਹਿੰਦੂਆਂ ਦਾ ਜੋਰ ਹੋਵੇ ਚਲ ਹੈ ਤਹਾਂ ਬਤਾਵੋ ਠੌਰ ਉਹ ਥਾਂ ਕੋਈ ਦੱਸੋ ਉਹ ਕੋਈ ਐਸਾ ਹਿੰਦੂਆਂ ਦਾ ਨਗਰ ਹੋਵੇ ਜਿੱਥੇ ਹਿੰਦੂ ਬਹੁਤੀ ਪੂਜਾ ਕਰਦੇ ਕਰਾਉਂਦੇ ਹੁਣ ਮੰਦਰਾਮ ਵਿੱਚ ਜਹ ਇੱਕ ਥਲ ਸਜ਼ਾਇ ਕਹੁਦਾਬੇ ਤੇ ਜਿੱਥੇ ਇੱਕੋ ਥਾਂ ਤੇ ਇੱਕੋ ਸ਼ਹਿਰ ਨਗਰ ਦੇ ਵਿੱਚ ਬਹੁਤੇ ਲੋਕਾਂ ਨੂੰ ਸਜਾਵਾਂ ਦੇਣ ਤੇ ਉੱਤਮ ਆਪਣੌ ਮਤੋਂ ਦਿਖਾਇਬ ਤੇ ਆਪਣਾ ਜੋ ਮਤਾ ਹੈ ਆਪਣਾ ਮਤ ਜੋ ਹੈ ਇਸਲਾਮ ਮਤ ਅਸੀਂ ਉੱਤਮਾ ਦਿਖਾ ਸਕੀਏ ਲੋਕਾਂ ਨੂੰ ਸਜਾਵਾਂ ਦੇ ਕੇ ਥਾਨ ਹਜ਼ਾਰ ਸੁਨਹਿ ਅਰਹੇਰੇ ਤੇ ਜਿੱਥੇ ਕਿ ਇੱਕ ਥਾਂ ਤੇ ਜਦੋਂ ਐਸਾ ਕੰਮ ਕੀਤਾ ਜਾਵੇਗਾ ਇੱਕ ਵੱਡੇ ਸ਼ਹਿਰ ਇਤਿਹਾਸਕ ਨਗਰ ਦੇ ਵਿੱਚੋਂ ਬੁੱਤਾਂ ਨੂੰ ਮੂਰਤੀਆਂ ਨੂੰ ਭੰਨਿਆ ਜਾਏਗਾ ਮੰਦਰਾਂ ਨੂੰ ਢਾਇਆ ਜਾਏਗਾ ਤਾਂ ਹਜ਼ਾਰਾਂ ਥਾਵਾਂ ਤੇ ਹਜ਼ਾਰਾਂ ਇਲਾਕਿਆਂ ਦੇ ਵਿੱਚ ਜਦੋਂ ਹਿੰਦੂ ਲੋਕ ਸੁਣਨਗੇ ਉਪਜਹਿ ਸਭ ਮੈਂ ਤਰਾਸ ਬਡੇਰੇ ਤਾਂ ਸਭਨਾਂ ਲੋਕਾਂ ਦੇ ਵਿੱਚ ਹਿੰਦੂਆਂ ਵਿੱਚ ਬਹੁਤਾ ਡਰ ਪੈਦਾ ਹੋ ਜਾਏਗਾ ਆਵਹਿ ਸ਼ਰਾ ਬਖੈ ਬਿਨ ਕਹੇ ਤੇ ਬਿਨਾ ਕਹਿਣ ਤੋਂ ਹੀ ਡਰ ਕੇ ਹੀ ਬਹੁਤੇ ਹਿੰਦੂ ਲੋਕ ਸ਼ਰਾ ਦੇ ਨਿਜਮਾ ਵਿੱਚ ਚੱਲਣ ਵਾਸਤੇ ਤਿਆਰ ਹੋ ਜਾਣਗੇ ਉੱਤਮਤਾ ਤੁਰਕਨ ਕੀ ਲਹੇ ਤੇ ਉਹ ਲੋਕ ਡਰਦੇ ਹੋਏ ਜਾਣ ਲੈਣਗੇ ਕਿ ਉਹ ਜੋ ਤੁਰਕ ਹਨ ਇਸਲਾਮ ਮਤ ਵਾਲੇ ਹਨ ਇਹੋ ਹੀ ਵੱਡੇ ਹਨ ਇਮ ਸੁਨ ਸ਼ਰਾ ਵਿੱਚ ਡਿੱਡ ਜਈ ਤੇ ਇਸ ਤਰ੍ਹਾਂ ਰੰਗ ਜੇਪ ਤੋਂ ਜਦੋਂ ਸੁਣਿਆ ਜਿਹੜੇ ਸ਼ਰਾ ਦੇ ਵਿੱਚ ਬਹੁਤ ਪੱਕੇ ਹਨ ਕਾਜੀ ਤੇ ਮੁੱਲਾ ਹਰਖ ਬਦਾਵਤ ਬੋਲੇ ਤੇਈ ਤੇ ਬੜੇ ਖੁਸ਼ੀ ਵਧਾਉਂਦੇ ਹੋ ਇਸ ਤਰ੍ਹਾਂ ਆਖਣ ਲੱਗੇ ਹਨ ਸਨਮਾਨਤ ਨੌਰੰਗ ਕੋ ਕਹਿਓ ਤੇ ਬੜਾ ਸਨਮਾਨ ਕਰਦਿਆ ਹੋਇਆਂ ਔਰੰਗ ਏਬ ਦੇ ਅੱਗੇ ਮੁਖਾਤਬ ਕਰ ਕਹਿੰਦੇ ਹਨ ਕਰਤ ਕਾਜ ਬਾਂਛਤ ਕੋ ਲਹਿਓ ਕਿ ਜਿਸ ਤਰ੍ਹਾਂ ਦੇ ਤੁਸੀਂ ਕਾਰਜ ਕਰਨਾ ਚਾਹੁੰਦੇ ਹੋ ਇਹ ਜਿਸ ਤਰ੍ਹਾਂ ਅਸੀਂ ਆਪਣੇ ਮਨਾਂ ਵਿੱਚ ਚਾਹੁੰਦੇ ਹਾਂ ਉਸੇ ਤਰ੍ਹਾਂ ਹੀ ਤੁਸੀਂ ਕੰਮ ਇਹ ਕਰਾਉਣਾ ਚਾਹੁੰਦੇ ਹੋ ਮੰਦਰ ਢਾਉਣ ਦਾ حضرت ਸੁਨਹੁ ਬਤਾ ਵਹਿਸੋ ਤੇ ਅਸੀਂ ਵੀ ਇਸੇ ਤਰ੍ਹਾਂ ਚਾਹੁੰਦੇ ਸੀ ਕਿ ਕੋਈ ਵੱਡਾ ਸ਼ਹਿਰ ਹੋਵੇ ਉੱਥੇ ਮੂਰਤੀਆਂ ਤੇ ਮੰਦਰ ਭੰਨੇ ਜਾੜ ਸੋ ਇਸ ਕਰਕੇ ਤੁਸੀਂ ਸਾਡੇ ਦਿਲ ਦੀ ਗੱਲ ਕਹਿ ਦਿੱਤੀ ਹੈ ਐ ਪਾਤਸ਼ਾਹ ਸੁਣਨਾ ਕਰੋ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕਿੱਥੇ ਜਾਣਾ ਚਾਹੀਦਾ ਕਰਹੈ ਏਕ ਸੋ ਦਰਬੋ ਹੋ ਇਹੋ ਜਿਹਾ ਸ਼ਹਿਰ ਤੁਹਾਨੂੰ ਦੱਸਦੇ ਹਾਂ ਜਿੱਥੇ ਇੱਕ ਥਾਂ ਤੇ ਤੀਰਥ ਨੂੰ ਜੋ ਖਰਾਬ ਕੀਤਾ ਜਾਵੇਗਾ ਮੰਦਰ ਢਾਹੇ ਜਾਣਗੇ ਤਾਂ ਬਹੁਤ ਸਾਰੇ ਲੋਕ ਸਾਰੇ ਦੇਸ਼ ਵਿੱਚ ਡਰਨਗੇ ਹਿੰਦੂ ਜਸ ਤੀਰਥ ਮਥੁਰਾ ਮੁਖ ਮਾਨਾ ਤੇ ਜਿਸ ਤਰ੍ਹਾਂ ਦਾ ਮਹਾਨ ਤੀਰਥ ਮਥਰਾਪੁਰੀ ਨੂੰ ਮੰਨਿਆ ਜਾਂਦਾ ਹੈ ਤਸ ਪੁਸ਼ਕਰ ਹੈ ਨਿਕਟ ਸਥਾਨਾ ਤੇ ਉਸੇ ਤਰ੍ਹਾਂ ਦਾ ਇੱਕ ਮਹਾਨ ਤੀਰਥ ਹੈ ਹਿੰਦੂਆਂ ਦਾ ਤੀਰਥ ਹੈ ਪੁਸ਼ਕਰ ਨਾਮ ਦਾ ਜੋ ਇਥੋਂ ਨੇੜੇ ਹੀ ਹੈ ਲੱਖੋਂ ਲੋਕ ਕਰਹਿ ਇਸ਼ਨਾਨ ਇਸ ਪ੍ਰਕਾਰ ਇਹ ਜੈਪੁਰੀ ਵਿੱਚ ਜੋ ਅਰੰਗਜੀਬ ਨੂੰ ਕਹਿ ਰਹੇ ਹਨ ਕਿ ਇਥੋਂ ਨੇੜੇ ਹੀ ਜੋ ਪੁਸ਼ਕਰ ਤੀਰਥ ਹੈ ਉਹ ਵੀ ਉਸੇ ਇਲਾਕੇ ਵਿੱਚ ਇਹ ਇਲਾਕੇ ਵਿੱਚ ਹੀ ਹੈ ਸੋ ਇਸ ਤਰ੍ਹਾਂ ਦੱਸ ਪਾ ਰਹੇ ਨੇ ਕਿ ਜਿਹੜਾ ਪੁਸ਼ਕਰ ਤੀਰਥ ਹੈ ਉਥੇ ਹਜ਼ਾਰਾਂ ਲੋਕ ਪਹੁੰਚ ਕੇ ਇਸ਼ਨਾਨ ਕਰਦੇ ਹਨ ਨਾ ਨਾ ਵਿਦਕੇ ਦੇ ਬੋਹਦਾਨ ਤੇ ਅਨੇਕ ਤਰ੍ਹਾਂ ਦੇ ਪਦਾਰਥਾਂ ਦਾ ਦਾਨ ਵੀ ਉਥੇ ਕਰਦੇ ਹਨ ਦੂਰ ਦੂਰ ਤੇ ਹਿੰਦੂ ਆਵੇ ਤੇ ਦੂਰ ਦੂਰ ਤੋਂ ਚੱਲ ਕੇ ਯਾਤਰਾ ਕਰਨ ਦੇ ਉਤਸ਼ਾਹਤ ਹੋਏ ਹੋਏ ਲੋਕ ਜਿਹੜੇ ਹਿੰਦੂ ਆਉਂਦੇ ਹਨ ਆਪਣੇ ਤੀਰਥਾਂ ਤੇ ਜਾ ਕੇ ਯਾਤਰਾ ਕਰਨ ਦੇ ਚਾਹਵਾਨ ਉਹ ਆਉਂਦੇ ਹਨ ਬੁੱਤ ਪੂਜਹਿ ਅਰ ਦਰਬ ਚੜਾਵੈ ਤੇ ਆਣ ਕੇ ਪੁਸ਼ਕਰ ਤੀਰਥ ਤੇ ਪਹੁੰਚ ਕੇ ਮੂਰਤੀਆਂ ਦੇ ਅੱਗੇ ਪੂਜਾ ਕਰਦੇ ਤੇ ਬਹੁਤ ਸਾਰਾ ਧਨ ਭੇਟ ਕਰਦੇ ਹਨ ਸੋ ਸਥਾਨ ਜੇ ਹੋਏ ਹਮਾਰੋ ਤੇ ਜੇਕਰ ਉਹ ਪੁਸ਼ਕਰ ਤੀਰਥ ਵਾਲਾ ਸਥਾਨ ਸਾਡਾ ਹੋ ਜਾਵੇ ਬਣੇ ਤੁਰਕ ਜੇ ਕਹੇ ਹਜ਼ਾਰੋਂ ਤੇ ਜੇਕਰ ਉਥੇ ਉਸ ਨੂੰ ਉਸ ਸ਼ਹਿਰ ਨੂੰ ਪੁਸ਼ਕਰ ਤੀਰਥ ਨੂੰ ਅਪਣਾ ਲਿਆ ਜਾਏ ਸਭ ਲੋਕਾਂ ਤੋਂ ਉਥੋਂ ਪੂਜਾ ਵਰਜ ਦਿੱਤੀ ਜਾਵੇ ਤਾਂ ਫਿਰ ਹਜ਼ਾਰਾਂ ਹੀ ਤੁਰਕ ਬਣ ਜਾਣਗੇ ਜੋ ਉਥੇ ਪੂਜਾ ਕਰਨ ਵਾਲੇ ਹਿੰਦੂ ਲੋਕ ਹਨ ਤਹ ਪੀ ਮੰਦਰ ਊਚੇ ਖਰੇ ਤੇ ਉਥੇ ਵੀ ਪੁਸ਼ਕਰ ਤੀਰਥ ਤੇ ਵੀ ਬਹੁਤ ਸਾਰੇ ਮੰਦਰ ਉੱਚੇ ਬਣੇ ਹੋਏ ਹਨ ਸੁੰਦਰ ਬ੍ਰਿੰਦ ਹਿੰਦਵਨ ਕਰੇ ਜੋ ਹਿੰਦੂਆ ਨੇ ਬਣਾਏ ਹੈ ਬਹੁਤ ਸੋਹਣੇ ਤਿਆਰ ਕੀਤੇ ਹਨ ਸਹਿਤ ਬੁੱਤਨ ਕੇ ਭੰਗ ਕਰੀਜੈ ਤੇ ਇਸ ਲਈ ਉਥੇ ਵੀ ਜੋ ਮੂਰਤੀਆਂ ਨੇ ਜਿਨ੍ਹਾਂ ਨੂੰ ਅਸੀਂ ਬੁੱਤ ਹੀ ਸਮਝਦੇ ਹਾਂ ਉਹਨਾਂ ਨੂੰ ਉਥੇ ਭੰਨ ਦਿਓ ਸੋ ਇਸ ਪ੍ਰਕਾਰ ਉਹਨਾਂ ਦੀ ਨਿਰਾਦਰੀ ਜਾ ਕੇ ਕੀਤੀ ਜਾਵੇ ਪੂਜਕ ਗਨ ਕੋ ਤਰਾਸ ਦਿਖੀਜੈ ਜਿਹੜੇ ਪੂਜਾ ਕਰਨ ਵਾਲੇ ਹਨ ਨਾ ਹਿੰਦੂ ਉਹਨਾਂ ਨੂੰ ਉੱਥੇ ਪਹੁੰਚ ਕੇ ਡਰਾਇਆ ਜਾਵੇ ਸੁਨ ਨੌਰੰਗ ਕਹੇ ਕਰ ਹੋ ਤਿਆਰੀ ਕਾਜ਼ੀਆਂ ਮੁੱਲਾਂ ਦੀ ਸਲਾਹ ਸੁਣ ਕੇ ਔਰੰਗਜੀਬ ਕਹਿੰਦਾ ਏ ਕਿ ਜੇਕਰ ਪੁਰਸ਼ ਕਰ ਜਿਹੜਾ ਤੀਰਥ ਹੈ ਉੱਥੇ ਜਾਣ ਦੇ ਨਾਲ ਬਹੁਤੇ ਕਾਰਜ ਸੌਰਦੇ ਹੈ ਹਿੰਦੂਆ ਨੂੰ ਮੁਸਲਮਾਨ ਬਣਾਉਣ ਦੇ ਤਾਂ ਉੱਥੇ ਜਾਣ ਦੀ ਤਿਆਰੀ ਕਰੋ ਸਾਜ ਹਕਾਰ ਹੋ ਸਭ ਅਸਵਾਰੀ ਤੇ ਜਿੰਨੀਆਂ ਵੀ ਸਭ ਸਵਾਰੀਆਂ ਹਨ ਤਿਆਰ ਕਰਵਾ ਕੇ ਮੰਗਵਾ ਲਓ ਪਾਸ ਬਜੇ ਸੰਕਰੇ ਦੁੰਦਬ ਤਬੈ ਤੇ ਇਸ ਤਰ੍ਹਾਂ ਇਸ ਦਾ ਕਿਹਾ ਅਰੰਗਜੀਬ ਦਾ ਮੰਨ ਕੇ ਫੌਜਾਂ ਦੇ ਵਿੱਚ ਅਹਿਲਕਾਰਾਂ ਵੱਲੋਂ ਤਿਆਰੀ ਸ਼ੁਰੂ ਕਰਾਈ ਗਈ ਹੈ ਸੈਂਕੜੇ ਹੀ ਜੋ ਨਗਾਰੇ ਉਹਨਾਂ ਦੇ ਉੱਪਰ ਚੋਟਾਂ ਲਗਾਈਆਂ ਗਈਆਂ ਬਾਦਤ ਅਪਰ ਬਜਾਏ ਤਬੈ ਤੇ ਹੋਰ ਵੀ ਤਿਆਰੀ ਵਾਸਤੇ ਸਾਜਾਂ ਨੂੰ ਵਜਾਉਣਾ ਸ਼ੁਰੂ ਕੀਤਾ ਗਜਬਾਜੀ ਸ਼ਿੰਗਾਰਨ ਕਰੇ ਇਹ ਬਹੁਤ ਸਾਰੇ ਜਿਹੜੇ ਹਾਥੀ ਹਨ ਤੇ ਕੋੜੇ ਨੇ ਉਹਨਾਂ ਨੂੰ ਸ਼ਿੰਗਾਰਿਆ ਹੈ ਪੁਸ਼ਕਰ ਤੀਰਥ ਵੱਲ ਨੂੰ ਜਾਣ ਵਾਸਤੇ ਭਇਓ ਅਰੂਡ ਪਿਆਨੋ ਕਰੇ ਤੇ ਇਸ ਪ੍ਰਕਾਰ ਜਿਹੜਾ ਔਰੰਗਜੀਬ ਹੈ ਆਪ ਸਵਾਰੀ ਕਰਕੇ ਆਪਣੇ ਅਹਿਲਕਾਰਾਂ ਨੂੰ ਤੇ ਆਪਣੀਆਂ ਫੌਜਾਂ ਨੂੰ ਸਵਾਰ ਕਰਾ ਕੇ ਉੱਥੋਂ ਚੱਲ ਪਿਆ ਪਹੁੰਚਿਓ ਪੁਸ਼ਕਰ ਤਤ ਤਤ ਕਾਲਾ ਤੇ ਛੇਤੀ ਹੀ ਲੰਬਾ ਸਫ਼ਰ ਤੈਅ ਕਰਦਾ ਹੋਇਆ ਪਹੁੰਚ ਗਿਆ ਪੁਸ਼ਕਰ ਨਾਮ ਦੇ ਤੀਰਥ ਪਾਸ ਜਾਏ ਤਹਾਂ ਡੇਰਾ ਨਿਝਕਾਲਾ ਤੇ ਉੱਥੇ ਪਹੁੰਚ ਕੇ ਆਪਣਾ ਡੇਰਾ ਪੁਸ਼ਕਰ ਤੀਰਥ ਪਾਸ ਕੀਤਾ ਤੀਰਥ ਰੁਚਰ ਬਿਲੋਕਨ ਕਰਿਓ ਤੇ ਜਾ ਕੇ ਕੀ ਵੇਖਦਾਏ ਕਿ ਇਹ ਬਹੁਤ ਹੀ ਇਹਨਾਂ ਦਾ ਹਿੰਦੂਆਂ ਦਾ ਸੋਹਣਾ ਤੀਰਥ ਹੈ ਪੁਸ਼ਕਰ ਨਿਕਟ-ਨਿਕਟ ਮੰਦਰ ਗਨ ਖਰਿਓ ਤੇ ਕੀ ਦੇਖ ਰਿਹਾ ਏ ਕਿ ਬਹੁਤ ਸਾਰੇ ਮੰਦਰ ਹਨ ਜੋ ਤੀਰਥ ਦੇ ਪਾਸ ਬਣੇ ਹੋਏ ਨਜ਼ਰ ਆ ਰਹੇ ਨੇ ਪ੍ਰਤਿਮਾ ਸਭ ਕੇ ਅੰਤਰ ਸੋਹੈ ਤੇ ਉਹਨਾਂ ਮੰਦਰਾਂ ਦੇ ਵਿੱਚ ਸਬਨਾ ਵਿੱਚ ਜੋ ਸੁੰਦਰ ਮੂਰਤੀਆਂ ਸੋਭ ਰਹੀਆਂ ਭੂਖਨ ਬਸਨ ਧਰੇ ਜਨ 모ਹੈ ਤੇ ਜਿਨਾਂ ਨੂੰ ਬਸਤਰ ਵੀ ਧਾਰਨ ਕੀਤੇ ਹੋਇਆ ਤੇ ਇਸੇ ਤਰ੍ਹਾਂ ਜੋ ਬੜੇ ਸੁੰਦਰ ਕੀਮਤੀ ਗਹਿਣੇ ਪਹਿਨਾਏ ਹੋਏ ਨੇ ਮਾਨੋ ਕਿ ਜੋ ਵੇਖਣ ਵਾਲੇ ਹਨ ਉਹਨਾਂ ਨੂੰ ਮੋਹਤ ਕਰਦੀਆਂ ਹਨ ਗਾਏ ਵਿਸ਼ਨਪਦ ਭੋਗ ਲਗਾਵਹਿ ਤੇ ਜਿਹੜੇ ਉੱਥੇ ਪੁਜਾਰੀ ਨੇ ਸ਼ਰਧਾਲੂਆਂ ਵੱਲੋਂ ਪਦਾਰਥਾਂ ਦੇ ਅੱਗੇ ਭੇਟਾ ਅਰਪਣਾ ਜੋ ਮੂਰਤੀਆਂ ਦੇ ਅੱਗੇ ਪਦਾਰਥਾਂ ਦੀ ਭੇਟ ਚੜਵਾ ਰਹੇ ਐ ਤੇ ਵਿਸ਼ਨਪਦੇ ਗਾ ਕੇ ਸੁਣਾ ਰਹੇ ਹਨ ਇਸ ਪ੍ਰਕਾਰ ਬਹੁਤ ਹੀ ਜ਼ਿਆਦਾ ਖੁਸ਼ੀ ਪ੍ਰਗਟ ਹੁੰਦੀ ਹੈ ਕਰਹਿ ਆਰਤੀ ਮੋਦ ਵਡਾਉ ਹੈ ਤੇ ਪਦਾਰਥਾਂ ਨੂੰ ਭੋਗ ਲਗਾਉਂਦੇ ਹਨ ਜਿਵੇਂ ਸ਼ਰਧਾਲੂਆਂ ਦੀ ਇੱਛਾ ਹੈ ਸੋ ਇਸੇ ਪ੍ਰਕਾਰ ਆਰਤੀ ਉਥੇ ਕਰਦੇ ਹਨ ਤੇ ਬਹੁਤਾ ਆਨੰਦ ਸ਼ਰਧਾਲੂਆਂ ਦੇ ਮਨਾਂ ਵਿੱਚ ਵਧਾਉਂਦੇ ਨੇ ਲਖਿਓ ਦੁਸ਼ਟ ਕੋ ਆਇਓ ਡੇਰਾ ਤੇ ਉਹਨਾਂ ਪੰਡਤਾਂ ਨੇ ਪੁਜਾਰੀਆਂ ਨੇ ਜਾਣਿਆ ਜਿਹੜੇ ਕਿ ਆਪਣੇ ਬੜੇ ਆਨੰਦ ਦੇ ਵਿੱਚ ਪੂਜਾ ਕਰ ਕਰਵਾ ਰਹੇ ਸਨ ਸ਼ਰਦਵਾਲੂਆਂ ਦੇ ਕੋਲੋਂ ਭੇਟਾਵਾਂ ਇਕੱਠੀਆਂ ਕਰ ਰਹੇ ਸਨ ਬੜੇ ਚਾਅ ਉਤਸ਼ਾਹ ਦੇ ਨਾਲ ਉਹਨਾਂ ਨੇ ਜਾਣਿਆ ਕਿ ਜੇ ਦੁਸ਼ਟ ਸੁਭਾਅ ਵਾਲਾ ਔਰੰਗਜ਼ੇਬ ਫੌਜਾਂ ਸਮੇਤ ਇੱਧਰ ਚੜ੍ਹ ਆਇਆ ਹੈ ਦੁਰੇ ਭਲਾਏ ਤਰਾਸ ਬਡੇਰਾ ਜਿਹੜੇ ਜੋ ਪੂਜਾ ਕਰ ਕਰਵਾ ਰਹੇ ਸਨ ਬਹੁਤਾ ਡਰ ਕੇ ਉਸੇ ਵੇਲੇ ਉਥੋਂ ਭਜਣ ਲੱਗ ਪਏ ਜਾ ਜਾ ਕੇ ਲੁਕਣ ਲੱਗ ਪਏ ਕਿਤੇ ਲਾਗੋ ਲਾਗ ਪ੍ਰਤਮਾ ਲਈ ਉਠਾਏ ਤੇ ਕਈਆਂ ਨੇ ਛੋਟੀਆਂ ਛੋਟੀਆਂ ਜੋ ਮੂਰਤੀਆਂ ਸਨ ਉਹ ਆਪਣੇ ਪਾਸ ਉਠਾ ਲਈਆਂ ਲੈ ਕੇ ਤੁਰ ਪਏ ਪੁਨਹੇ ਤੁਰਕ ਨੇ ਦਏ ਹਟਾਏ ਤੇ ਫਿਰ ਕਈ ਜਿਹੜੇ ਜਾਂਦੇ ਹੋਏ ਹੀ ਭੱਜੇ ਜਾਂਦੇ ਮੋੜ ਲਏ ਤੁਰਕਾਂ ਨੇ ਔਰੰਗਜ਼ੇਬ ਦੇ ਸਿਪਾਹੀਆਂ ਨੇ ਇਕ ਜਮਨੀ ਤਹਾਂ ਬਿਤਾਈ ਇਸ ਪ੍ਰਕਾਰ ਔਰੰਗਜੀਬ ਨੇ ਪਹੁੰਚ ਕੇ ਪੁਸ਼ਕਰ ਤੀਰਥ ਤੇ ਇੱਕ ਰਾਤ ਇਸ ਤਰ੍ਹਾਂ ਬਤੀਤ ਕੀਤੀ ਉਠਿਓ ਪ੍ਰਾਤ ਦੁਸ਼ਟ ਦੁਖਦਾਈ ਜਿਹੜਾ ਕਿ ਬਹੁਤਿਆਂ ਨੂੰ ਦੁੱਖ ਦੇਣ ਵਾਲਾ ਦੁਸ਼ਟ ਸੁਭਾਅ ਵਾਲਾ ਔਰੰਗਜੀਬ ਐ ਸਵੇਰ ਵੇਲੇ ਉਠਿਆ ਫਿਰਿਓ ਚ ਫੇਰੇ 헤ਰੇ ਮੰਦਿਰ ਪੁਸ਼ਕਰ ਤੀਰਥ ਤੇ ਚਾਰ ਚ ਫੇਰੇ ਫਿਰ ਕੇ ਉਸ ਨੇ ਬਹੁਤੇ ਤੀਰਥ ਜੋ ਮੰਦਰ ਵੇਖੇ ਹਨ ਪ੍ਰਤਮਾ ਜੁਗਤ ਬਿਰਾਜੇ ਸੁੰਦਰ ਤੀਰਥ ਪਾਸ ਮੰਦਰ ਵੇਖੇ ਨੇ ਜਿਨ੍ਹਾਂ ਦੇ ਵਿੱਚ ਸੁੰਦਰ ਮੂਰਤੀਆਂ ਸੁਭਾਇਮਾਨ ਕੀਤੀਆਂ ਹੋਈਆਂ ਇੱਕ ਠਾਕੁਰ ਕੋ ਮੰਦਰ ਉੱਚੋ ਤੇ ਕੀ ਵੇਖਦਾ ਏ ਕਿ ਉਥੇ ਇੱਕ ਬਹੁਤ ਉੱਚਾ ਮੰਦਰ ਠਾਕੁਰ ਦੁਆਰਾ ਬਣਾਇਆ ਹੋਇਆ ਅਪਰ ਅਪਰ ਨ ਸਮਸਰ ਜਾਸ ਪਹੂਚੋ ਤੇ ਜਿਸ ਦੇ ਬਰਾਬਰ ਹੋਰ ਕੋਈ ਮੰਦਰ ਦੀ ਇਮਾਰਤ ਨਹੀਂ ਪਹੁੰਚਦੀ ਸ਼੍ਰੀ ਬ੍ਰਾਹ ਕੀ ਪ੍ਰਤਮਾ ਤਹਾ ਤੇ ਉਥੇ ਜੋ ਸ਼੍ਰੀ ਬ੍ਰਾਹ ਅਵਤਾਰ ਦੀ ਪ੍ਰਤਮਾ ਜੋ ਸੁੰਦਰ ਮੂਰਤੀ ਹੈ ਸਥਾਪਨ ਕੀਤੀ ਹੋਈ ਲੋਕ ਸਕਲ ਤਿਸ ਮਨ ਹੈ ਮਹਾਂ ਤੇ ਉਸ ਠਾਕੁਰ ਦਵਾਰੇ ਵਿੱਚ ਕਿਉਂਕਿ ਬਹੁਤਾ ਉੱਚਾ ਮੰਦਰ ਹੈ ਬ੍ਰਾਹ ਅਵਤਾਰ ਦਾ ਬਣਾਇਆ ਹੋਇਆ ਬਹੁਤੇ ਲੋਕ ਆਣ ਕੇ ਦਰਸ਼ਨ ਪਰਸਨ ਕਰਦੇ ਹਨ ਬੜ ਉਚੋ ਮੰਦਰ ਤਿਸ ਕੇਰਾ ਤੇ ਜੋ ਬ੍ਰਹ ਅਵਤਾਰ ਦੇ ਪੂਜਾ ਵਾਸਤੇ ਬਹੁਤ ਉੱਚਾ ਮੰਦਰ ਬਣਾਇਆ ਹੋਇਆ ਗਜ 85 ਮੀਣ ਕਰੇਰਾ ਤੇ ਮਿੰਤੀ ਕਰਕੇ ਵੇਖਿਆ ਗਿਆ ਹੈ ਕਵੀ ਜੀ ਦੱਸਦੇ ਹਨ ਕਿ ਜਿਸ ਦੀ ਉਚਾਈ 85 ਗਜ ਉੱਚੀ ਹੈ ਅਨਖਿਓ ਦੁਸ਼ਟ ਹੁਕਮ ਕੋ ਦੀਨਸ ਤੇ ਐਸਾ ਜਦੋਂ ਬਹੁਤ ਸੁੰਦਰ ਤੇ ਉੱਚਾ ਮੰਦਰ ਬੜੀ ਸ਼ੋਭਾ ਵਾਲਾ ਔਰੰਗਜ਼ੇਬ ਨੇ ਵੇਖਿਆ ਵੇਖ ਕੇ ਬਹੁਤ ਗੁੱਸੇ ਵਿੱਚ ਆਇਆ ਤੇ ਆਪਣੇ ਅਹਿਲਕਾਰਾਂ ਸੈਨਾਪਤੀਆਂ ਨੂੰ ਇਸਨੇ ਹੁਕਮ ਦਿੱਤਾ ਹੈ ਇਸ ਹੈ ਟਹਾਬ ਹੋ ਤੂਰਨ ਕੀਨਸ ਕਹਿੰਦਾ ਏ ਔਰੰਗਜ਼ੇਬ ਬਾਦਸ਼ਾਹ ਕਿ ਇਸ ਨੂੰ ਛੇਤੀ ਕਰਕੇ ਹੁਣ ਤੁਸੀਂ ਆ ਜੋ ਬਹੁਤ ਉੱਚਾ ਮੰਦਰ ਹੈ ਨਾ ਬਰਾਹ ਅਵਤਾਰ ਦਾ ਬਣਾਇਆ ਹੋਇਆ ਢਾ ਦਿਓ ਪੁਨ ਅਪਰਨ ਕੋ ਦੇਹ ਟਹਾਏ ਪਹਿਲਾਂ ਇਸ ਵੱਡੇ ਉੱਚੇ ਮੰਦਰ ਨੂੰ ਟਵਾ ਦਿਓ ਤੇ ਫਿਰ ਜਿਹੜੇ ਹੋਰ ਛੋਟੇ ਮੰਦਰ ਹਨ ਉਹਨਾਂ ਨੂੰ ਵੀ ਟਵਾ ਦਿੱਤਾ ਜਾਏਗਾ ਭਗਨ ਹੋ ਬੁੱਤ ਲੈ ਕਰ ਸਮਦਾਏ ਤੇ ਜੋ ਇਹਨਾਂ ਮੰਦਰਾਂ ਦੇ ਵਿੱਚ ਬਹੁਤੇ ਜੋ ਬੁੱਤ ਨੇ ਭਾ ਮੂਰਤੀਆਂ ਹਨ ਉਹਨਾਂ ਨੂੰ ਵੀ ਲੈ ਕੇ ਭੰਨ ਦਿਓ बनहै तुर्क जो लेहो बनाए ते जेडे जो भी बनाए जा सकनगे हिंदू ओना नु तुर्क बनाई जायो मुसलमान बनाई जायो देहो कलमा तत्काल पढ़ाए ते जेड़ा भी तुर्क बनना चाहुंदा है डर के उस नु फिर ਛੇਤੀ ਹੀ ਕਾਜ਼ੀਆਂ ਨੂੰ ਆਖ ਕੇ ਕਲਮਾ ਪੜਾ ਕੇ तुर्क ਬਣਾ ਦਿਓ ਸੁਨਤ ਹੁਕਮ ਕੋ ਲਗੇ ਬਿਦਾਰਨ ਤੇ ਇਸ ਤਰ੍ਹਾਂ ਰੰਗਜੀਤ ਬਾਦਸ਼ਾਹ ਦਾ ਹੁਕਮ ਸੁਣ ਕੇ ਜਿਹੜੇ ਇਸ ਦੇ ਸੈਨਾਪਤੀ ਔਰ ਚੱਕਰ ਹਨ ਉਹ ਆਪਣੇ ਸਿਪਾਹੀਆਂ ਨੂੰ ਕਹਿ ਕੇ ਮਜ਼ਦੂਰਾਂ ਨੂੰ ਪਾਸ ਬੁਲਾ ਕੇ ਮੰਦਰਾਂ ਨੂੰ ਢਾਉਣ ਲੱਗ ਪਏ ਹਨ ਬੋਲ ਜੋ ਕਿਛ ਕਰਹਿ ਪੁਕਾਰਨ ਜੋ ਉੱਚਾ ਮੰਦਰ ਬ੍ਰਾਹ ਅਵਤਾਰ ਦਾ ਢਾਉਣਾ ਸ਼ੁਰੂ ਕੀਤਾ ਹੈ ਜਿਹੜਾ ਕੋਈ ਪੰਡਿਤ ਅੱਗੋਂ ਬੋਲਦਾ ਹੈ ਉਸ ਨੂੰ ਫਿਰ ਅੱਗੋਂ ਮਾਰ ਪਾਉਂਦੇ ਨੇ ਤੇ ਸਗਹ ਲੈ ਹਮਾਰ ਬਹੁ ਕਰੈ ਤੇ ਜਿਹੜਾ ਅਗੋਂ ਕਹਿੰਦਾ ਏ ਕਿ ਇਸ ਮੰਦਰ ਦੀ ਵਿਦਬੀ ਨਹੀਂ ਮੈਂ ਹੋਣ ਦੇਣੀ ਉਸ ਨੂੰ ਫੜ ਲੈਂਦੇ ਆ ਤੇ ਜੇਕਰ ਨਹੀਂ ਮੰਨਦਾ ਤਾਂ ਫਿਰ ਬਹੁਤਾ ਮਾਰਦੇ ਹਨ ਕਿਦੋਂ ਕੈਦ ਕਰ ਡਿੱਡ ਤਹਿ ਧਰੈ ਤੇ ਜਾਂ ਉਸ ਨੂੰ ਕੈਦ ਵਿੱਚ ਪਾ ਕੇ ਹੀ ਰੱਖਦੇ ਨੇ ਸੁੰਦਰ ਮੰਦਰ ਪਾਥਰ ਕੇਰਾ ਤੇ ਇਹ ਜੋ ਬ੍ਰਹਮ અવਤਾਰ ਦਾ ਬਹੁਤ ਉੱਚਾ ਮੰਦਰ ਬਣਾਇਆ ਹੋਇਆ ਪੱਥਰਾਂ ਦੇ ਨਾਲ ਸੰਗ ਮਰਮਰ ਦੇ ਨਾਲ ਤਿਆਰ ਕੀਤਾ ਮਿਲ ਦੁਸ਼ਟਨ ਬਹੁ ਸ਼ੀਗਰ ਸੁਗੇਰਾ ਤੇ ਕਵੀ ਜੀ ਦੱਸਦੇ ਨੇ ਸਾਧ ਸੰਗਤ ਬਹੁਤ ਆ ਦੁਸ਼ਟਾਂ ਨੇ ਮਿਲ ਕਰਕੇ ਦੁਸ਼ਟ ਸੁਭਾਅ ਵਾਲੇ ਔਰੰਗਜੀਬ ਦੇ ਆਖੇ ਲੱਗ ਕੇ ਛੇਤੀ ਹੀ ਇਹ ਜੋ ठाकुर ਦਵਾਰਾ ਬ੍ਰਾਹ ਅਵਤਾਰ ਦਾ ਬਣਾਇਆ ਹੋਇਆ ਮੰਦਰ ਢਾਹ ਸੁਟਿਆ ਜਥਾ ਲੋਹਾਰ ਕਰਹਿ ਬਰ ਆਏ ਤੇ ਜਿਸ ਤਰ੍ਹਾਂ ਬਹੁਤੇ ਬਲ ਵਾਲੇ ਲੋਹਾਰ ਮਿਲ ਕਰਕੇ ਲੋਹੇ ਆਦਕ ਨੂੰ ਜਾਂ ਬਰਤਨਾ ਆਦਕ ਨੂੰ ਘੜ ਕੇ ਤਿਆਰ ਕਰਦੇ ਆ ਤથા ਪ੍ਰਹਾਰ ਹੈ ਸ਼ਬਦ ਉਠਾਏ ਇਹਨੇ ਜਿਵੇਂ ਜੋ ਇਹ ਪੰਦੇ ਨੇ ਮੰਦਰ ਨੂੰ ਢਾਉਂਦੇ ਹਨ ਤਾਂ ਬਹੁਤੀ ਆਵਾਜ਼ ਹੁੰਦੀ ਹੈ ਲੈ ਲੈ ਪੱਥਰ ਦੂਰ ਬਗਾਵੇਂ ਤੇ ਉਹ ਜੋ ਪੱਥਰ ਹੈ ਮੰਦਰ ਦੀ ਉਸਾਰੀ ਵਾਲੇ ਉਹ ਲੈ ਲੈ ਕੇ ਦੂਰ ਛੁੱਟੀ ਜਾਂਦੇ ਨੇ ਤੁਰਕ ਬਿ ਲੋਕਤ ਹਰਖ ਉਪਾਵੇਂ ਇਹ ਤੁਰਕ ਵੇਖ ਵੇਖ ਕੇ ਬਹੁਤ ਖੁਸ਼ ਹੁੰਦੇ ਆ ਕਿ ਜਿਹੜਾ ਇਹ ਹਿੰਦੂਆਂ ਦਾ ਮੰਦਰ ਆ ਇਹ ਹਟਾਇਆ ਜਾ ਰਿਹਾ ਚੰਗੀ ਗੱਲ ਹੈ ਮੂਰਖ ਨਹਿ ਜਾਣ ਹੈ ਇਹ ਬਾਤ ਜੇ ਸਾਧ ਸੰਗਤ ਕਵੀ ਜੀ ਦੱਸਦੇ ਹਨ ਕਿ ਉਹ ਮੂਰਖ ਲੋਕ ਨੇ ਇਸ ਗੱਲ ਨੂੰ ਨਹੀਂ ਆਪਣੇ ਮਨ ਵਿੱਚ ਸਮਝਦੇ ਮੇਰਾ ਤੇਜ ਨਾਸ਼ ਹੋਏ ਜਾਤ ਤੇ ਜੋ ਔਰੰਗਜ਼ੇਬ ਹੈ ਬਹੁਤ ਖੁਸ਼ ਹੋ ਰਿਹਾ ਹੈ ਕਿ ਮੰਦਰ ਢਾਇਆ ਜਾ ਰਿਹਾ ਹਿੰਦੂਆਂ ਦੀ ਜੋ ਹੋਂਦ ਹੈ ਖਤਮ ਕੀਤੀ ਜਾ ਰਹੀ ਹੈ ਪਰ ਇਸ ਗੱਲ ਨੂੰ ਨਹੀਂ ਸਮਝ ਰਿਹਾ ਕਿ ਜਿਹੜਾ ਮੇਰਾ ਤੇਜ ਪ੍ਰਤਾਪ ਹੈ ਉਹ ਸਭ ਨਾਸ਼ ਹੁੰਦਾ ਜਾ ਰਿਹਾ ਹੈ ਅਪਰ ਅਲਪ ਜੇ ਠਾਕੁਰ ਦਵਾਰੇ ਤੇ ਇਸ ਪ੍ਰਕਾਰ ਹੋਰ ਵੀ ਜਿਹੜੇ ਛੋਟੇ ਛੋਟੇ ਬਣੇ ਹੋਏ ਠਾਕੁਰ ਦਿਵਾਲੇ ਹਨ ਸਨੇ ਸਨੇ ਸਭ ਫੋਰ ਬਿਗਾਰੇ ਤੇ ਹੌਲੀ ਹੌਲੀ ਵੱਡੇ ਨੂੰ ਜਦੋਂ ਭੰਨਿਆ ਤਾਂ ਦੂਸਰਿਆਂ ਨੂੰ ਵੀ ਬਾਰੀ ਸਿਰ ਭੰਨੀ ਜਾਂਦੇ ਹਨ ਮੰਦਰਾ ਨੂੰ ਪ੍ਰਤਮਾ ਕੇ ਕਰ ਪਗ ਭਗਨੰਤੇ ਤੇ ਜਿਹੜੀਆਂ ਵਿੱਚ ਮੂਰਤੀਆਂ ਨੇ ਉਹ ਲੈ ਕੇ ਉਹਨਾਂ ਦੇ ਹੱਥ ਪੈਰ ਤੋੜੀ ਜਾਂਦੇ ਹਨ ਖੰਡ ਖੰਡ ਕਰ ਅਵਨ ਗਿਰੰਤੇ ਤੇ ਇਸ ਤਰ੍ਹਾਂ ਮੂਰਤੀਆਂ ਨੂੰ ਤੋੜ ਭੰਨ ਕੇ ਟੁਕੜੇ ਟੁਕੜੇ ਕਰਕੇ ਇੱਧਰ ਉੱਧਰ ਖਿਲਾਰਦੇ ਹਨ ਧਰਤੀ ਤੇ ਪੂਜਨ ਸੋਜ ਖਸੋਟਨ ਕਰੈ ਤੇ ਜਿਹੜੀ ਪੂਜਾ ਵਾਲੀ ਸਮੱਗਰੀ ਹੈ ਜੋ ਪੰਡਤਾਂ ਨੇ ਆਪਣੇ ਪਾਸ ਰੱਖੀ ਹੋਈ ਜਿਹੜੇ ਬੈਠੇ ਆ ਪੂਜਾ ਵਾਲੀ ਸਮੱਗਰੀ ਕਹਿੰਦੇ ਅਸੀਂ ਨਹੀਂ ਦੇਣੀ ਉਹਨਾਂ ਦੇ ਕੋਲੋਂ ਖੋਹੀ ਜਾਂਦੇ ਹਨ ਜਾਂ ਤੇ ਬਹੁਤ ਛਪਾਏ ਸੁਤਰੈ ਤੇ ਇਸ ਕਰਕੇ ਜੋ ਪੂਜਾ ਵਾਲੀ ਸਮੱਗਰੀ ਜਿਹੜੀ ਕਿ ਪੰਡਤਾਂ ਨੇ ਬੜੀ ਛੁਪਾ ਕਰਕੇ ਰੱਖੀ ਹੋਈ ਸੀ ਬਸ ਨਹਿ ਚੱਲੇ ਬਿਸੂਰਤ ਬੈਸੇ ਤੇ ਉਹਨਾਂ ਉਸ ਸਮਗਰੀ ਨੂੰ ਪੂਜਾ ਵਾਲੇ ਸਮਾਨ ਨੂੰ ਕਿ ਇਸ ਸਮਗਰੀ ਦੀ ਕਿਤੇ ਨਰਾਦਰੀ ਨਾ ਹੋ ਜਾਵੇ ਕਈਆਂ ਪੁਜਾਰੀਆਂ ਪੰਡਤਾਂ ਦਾ ਇਹ ਖਿਆਲ ਹੈ ਸੋ ਇਸ ਪ੍ਰਕਾਰ ਉਹਨਾਂ ਦਾ ਕੋਈ ਵਾਸ ਨਹੀਂ ਚੱਲ ਸਕਿਆ ਬੈਠੇ ਹੀ ਫਿਰ ਉਹਨਾਂ ਨੂੰ ਝੂਰਦੇ ਹੀ ਰਹਿਣਾ ਪਿਆ ਕਹੈ ਭਇਓ ਹਰਨਾਖਸ਼ ਜੈਸੇ ਤੇ ਇਸ ਤਰ੍ਹਾਂ ਆਖਣ ਲੱਗੇ ਆ ਇਵੇਂ ਕਹਿੰਦੇ ਹਨ ਪਰ ਸਾਹਮਣੇ ਤਾਂ ਕਿਸੇ ਦੇ ਬੋਲਦੇ ਨਹੀਂ ਕਰ ਰਹੇ ਨੇ ਕਿ ਇਹ ਤਾਂ ਹਰਨਾਖਸ਼ ਜਿਹਾ ਹੀ ਹੈ Hindu 사ਗਰ ਭਏ ਦੁਖਾਰੇ ਤੇ ਜਿਸ ਨੇ ਕਿ ਆਣ ਕੇ ਔਰੰਗਜ਼ੇਬ ਨੇ ਸਭ ਹਿੰਦੂਆਂ ਨੂੰ ਦੁਖੀ ਕਰ ਦਿੱਤਾ ਤਪ ਮਲੇਸ਼ ਤਪ 베ਤੇ ਹਾਰੇ ਪਰ ਇਹ ਜੋ ਮਲੇਸ਼ ਦਾ ਤਪ ਸੀ ਕਵੀ ਜੀ ਦੱਸਦੇ ਹਨ ਕਿ ਜਿਸ ਕਰਕੇ ਇਹਦਾ ਬਹੁਤਾ ਤੇਜ ਪ੍ਰਤਾਪ ਵਧਿਆ ਹੈ ਜਿਸ ਕਰਕੇ ਸਭ ਜਿੰਨੇ ਵੀ ਹਿੰਦੂ ਹੈ ਪੁਜਾਰੀ ਹੈ ਉਹਨਾਂ ਨੂੰ ਹਾਰਨਾ ਪਿਆ ਜਿਨਤੇ ਬਨ੍ਹੇ ਉਪਾਉ ਨ ਕੋ ਤੇ ਜਿੰਨਾ ਪੰਡਤਾਂ ਦੇ ਪਾਸੋਂ ਪੁਜਾਰੀਆਂ ਦੇ ਕੋਲੋਂ ਹਿੰਦੂ ਲੋਕ ਜੋ ਹਾਕਮ ਜੋ ਕਹੇ ਜਾਂਦੇ ਵੱਡੇ ਆਗੂ ਕਹੇ ਜਾਂਦੇ ਉਹਨਾਂ ਦੇ ਕੋਲੋਂ ਵੀ ਆਪਣੇ ਬਚਾ ਲਈ ਕੋਈ ਯਤਨ ਨਹੀਂ ਹੋ ਸਕਿਆ ਸਾਮਦਾਮ ਭੇਦਾ ਦੇਕ ਜੋ ਜੋ ਸ਼ਰਨ ਲੈਣੀ ਜਾਂ ਧਨ ਦੇ ਕੇ ਆਪਣਾ ਬਚਾ ਕਰਨਾ ਜਾਂ ਕੋਈ ਭੇਦ ਪਾ ਕੇ ਫੁੱਟ ਪਾ ਕੇ ਹੀ ਆਪਣੀ ਫਤਿਹ ਪ੍ਰਾਪਤ ਕਰ ਲੈਣੀ ਜਾਂ ਆਪਣਾ ਬਚਾ ਕਰ ਸਕਣਾ ਐਸੇ ਜਿਹੜੇ ਨੀਤੀ ਦੇ ਜੋ ਤਿੰਨੇ ਹੀ ਭੇਦ ਹਨ ਇਹ ਵੀ ਵਰਤੇ ਨਹੀਂ ਜਾ ਰਹੇ ਉਹਨਾਂ ਦੇ ਕੋਲ ਤੀਰ ਤੀਰ ਤੀਰਥ ਕੇ ਖਰੇ ਤੇ ਜਿਹੜੇ ਤੀਰਥਾਂ ਦੇ ਆਸ-ਪਾਸ ਖੜੇ ਹਨ ਮੰਦਰ ਸਕਲ ਬਿਦਾਰੇ ਥਲ ਸਮ ਕਰੇ ਉਹ ਸਭ ਮੰਦਰ ਛੋਟੇ-ਛੋਟੇ ਢਾ ਦਿੱਤੇ ਤੇ ਉਹ ਪਧਰੇ ਥਾ ਮੰਗ ਹੀ ਪਧਰੀ ਜਮੀਨ ਵਾਂਗ ਕਰ ਦਿੱਤੇ ਮਨ ਭਾਵਤ ਨੌਰੰਗ ਕਰਵਾਏ ਇਸ ਤਰ੍ਹਾਂ ਮਨ ਭੌਂਦਾ ਥਾਂ ਜਿਹੜਾ ਹੈ ਉਥੇ ਕਰ ਦਿੱਤਾ ਹੈ ਸਭ ਪਧਰਾ ਹੀ ਮੰਦਰਾ ਨੂੰ ਢਾਕੇ ਨੁਰੰਗੇ ਨੇ ਬੈਠਿਓ ਦੇਖੈ ਤਰਕ ਉਠਾਏ ਤੇ ਫਿਰ ਜੋ ਵੇਖ ਰਿਹਾ ਬੈਠਾ ਹੋਇਆ ਔਰੰਗਜੀਬ ਤਰਕਾਂ ਉਠਾਉਂਦਾ ਹੈ ਮੰਦਿਰ ਪ੍ਰਤਿਮਾ ਸਗਲ ਬਿਗਾਰੀ ਇਸ ਤਰ੍ਹਾਂ ਤਨੁਕ ਕਰਦਾ ਹੈ ਕਿ ਜਿੰਨੀਆਂ ਵੀ ਇਹ ਮੰਦਰਾਂ ਦੇ ਵਿੱਚ ਮੂਰਤੀਆਂ ਨੇ ਉਹ ਤਾਂ ਸਭ ਵਿਗਾੜ ਢਾਹ ਸੁਟੀਆਂ ਹਨ ਇਹ ਤੀਰਥ ਜਿਸ ਮਹਿ ਵੱਡਬਾਰੀ ਤੇ ਇਹ ਜੋ ਤੀਰਥ ਹੈ ਪੁਸ਼ਕਰ ਤੀਰਥ ਜਿਸ ਵਿੱਚ ਬਹੁਤਾ ਜ਼ਿਆਦਾ ਜਲ ਹੈ ਇਸ ਹੈ ਵਿਗਾਰੇ ਕਾਰਜ ਸਰ ਭਾਵੇਂ ਕਿ ਮੰਦਰ ਕਹਿੰਦਾ ਢਾ ਦਿੱਤੇ ਨੇ ਮੂਰਤੀਆਂ ਵੀ ਭੰਨ ਦਿੱਤੀਆਂ ਪਰ ਜਿਹੜਾ ਇਹ ਤੀਰਥ ਹੈ ਨਾ ਇਸ ਵਿੱਚ ਜਲ ਬਹੁਤ ਜ਼ਿਆਦਾ ਹੈ ਪਾਣੀ ਦਾ ਭਰਿਆ ਹੋਇਆ ਹੈ ਜਦ ਤੱਕ ਇਸ ਨੂੰ ਨਹੀਂ ਨਿਬਿਗਾੜਦੇ ਉਹਨਾਂ ਚਿਰ ਤੱਕ ਕਾਰਜ ਸਾਡਾ ਨਹੀਂ ਸੌਰੇਗਾ ਬੋਹਰ ਕਬ ਹੋ ਨਹਿ ਕੋ ਕਿਮ ਕਰੈ ਜੇ ਆ ਤੀਰਥ ਜਿੰਨਾ ਵੀ ਪਾਣੀ ਨਾਲੇ ਭਰਿਆ ਹੋਇਆ ਹੈ ਇਹ ਪੂਰ ਦਈਏ ਤਾਂ ਫਿਰ ਗਾਂ ਵਾਸਤੇ ਇੱਥੇ ਤੀਰਥ ਤੇ ਆਣ ਕੇ ਕੋਈ ਪੂਜਾ ਨਹੀਂ ਕਰ ਸਕੇਗਾ ਮਥਰਾਪੁਰ ਮਹ ਸਰਤਾ ਭਾਰੀ ਤੇ ਇਸ ਪ੍ਰਕਾਰ ਜਿਹੜੇ ਕਿ ਇਸ ਤਰ੍ਹਾਂ ਔਰੰਗਜੀਬ ਕਹਿੰਦਾ ਕਿ ਜੋ ਮਾਥਰਾਪੁਰੀ ਐ ਉਸ ਦੇ ਪਾਸ ਤਾਂ ਭਾਰੀ ਜਲ ਵਾਲੀ ਜੋ ਜਮਨਾ ਵਹਿੰਦੀ ਹੈ ਸੋ ਕਿਸ ਹੂ ਤੇ ਜਾਏ ਨਟਾਰੀ ਉਥੇ ਤਾਂ ਜਮਨਾ ਨਦੀ ਵਗਦੀ ਐ ਤੇ ਉਹ ਉਹਨੂੰ ਤਾਂ ਕਿਸੇ ਪ੍ਰਕਾਰ ਰੋਕਿਆ ਨਹੀਂ ਜਾ ਸਕਦਾ ਰਾਤ ਦਿਵਸ ਜਹ ਜਲ ਸਮਦਾਏ ਕਿਉਂਕਿ ਉਥੇ ਬਹੁਤ ਸਾਰਾ ਜਲ ਵਹਿੰਦਾ ਹੈ ਉਥੋਂ ਜਮਨਾ ਨਦੀ ਦਾ ਬਹੁਤਾ ਪ੍ਰਵਾਹ ਨਿਤ ਨਵੀਨ ਆਵਤ ਉਮੜਾਏ ਨਿਤ ਹੀ ਨਵਾਂ ਜਲ ਦਾ ਪ੍ਰਵਾਹ ਜਿਹੜਾ ਹੈ ਉਹ ਚੜ ਕੇ ਉਥੋਂ ਵਹਿ ਰਿਹਾ ਹੈ ਸੋ ਤੋ ਆਏ ਨਾ ਮਿਟ ਹੈ ਬਾਰੀ ਉਹ ਤਾਂ ਜਮਨਾ ਦਾ ਜਲ ਵਗੀ ਜਾਂਦਾ ਹੈ ਉਥੇ ਪ੍ਰਵਾਹ ਉਹ ਜਲ ਨੂੰ ਉਥੋਂ ਬਹੁਤੇ ਖੁੱਲੇ ਜਲ ਨੂੰ ਵਹਿੰਦੇ ਨੂੰ ਰੋਕਿਆ ਨਹੀਂ ਜਾ ਸਕਦਾ ਮਥਰਾਪੁਰੀ ਦੇ ਪਾਸ ਹੈ ਜੋ ਹਾਰ ਪਰ ਹੈ ਕਰ ਹੈ ਜੋ ਉਪਚਾਰੀ ਤੇ ਜਿਹੜਾ ਕੋਈ ਯਤਨ ਕਰੇ ਇਸ ਤਰ੍ਹਾਂ ਕਾਜ਼ੀਆਂ ਨੂੰ ਔਰੰਗਜੀਬ ਸੁਣਾਉਂਦਾ ਹੈ ਕਿ ਜੋ ਮਥਰਾ ਸ਼ਹਿਰ ਦੇ ਪਾਸ ਜਮਨਾ ਵਹਿੰਦੀ ਹੈ ਉਹਨੂੰ ਤਾਂ ਰੋਕਿਆ ਨਹੀਂ ਜਾ ਸਕਦਾ ਜੇ ਕੋਈ ਯਤਨ ਕਰਕੇ ਉਸ ਜਮਨਾ ਨੂੰ ਵੀ ਰੋਕਣਾ ਚਾਹੇ ਤਾਂ ਉਹ ਹਾਰ ਜਾਵੇਗਾ ਇਹ ਤਲਾਬ ਮੈਂ ਜਲ ਗੰਭੀਰ ਪਰ ਇੱਥੇ ਇਹ ਜਿਹੜਾ ਤਲਾਬ ਹੈ ਇਸ ਦੇ ਵਿੱਚ ਤਾਂ ਭਾਵੇਂ ਬਹੁਤ ਸਾਰਾ ਜਲ ਹੈ ਪੁਸ਼ਕਰ ਤੀਰਥ ਵਿੱਚ ਮ੍ਰਿਤਕਾ ਡਾਰ ਸੁਕਾਵੋ ਨੀਰ ਤੇ ਇੱਥੇ ਤਾਂ ਮੈਂ ਮਿੱਟੀ ਪਾ ਕੇ ਇਸ ਨੂੰ ਤੀਰਥ ਨੂੰ ਪੂਰ ਸਕਦਾ ਜਿੰਨਾ ਵੀ ਇਹ ਸਰੋਵਰ ਹੈ ਇਹ ਜੋ ਝੀਲ ਜਿਹੀ ਬਣੀ ਹੋਈ ਹੈ ਸਭ ਮੈਂ ਇਸ ਤੀਰਥ ਦੀ ਜਿੰਨੀ ਉਪਮਾ ਹੈ ਇਸ ਸੁੰਦਰ ਤਲਾਬ ਨੂੰ ਪੂਰ ਕੇ ਖਤਮ ਕਰ ਦਿਆਂਗਾ ਪੁਨ ਹਿੰਦੁਨ ਪੁਨ ਹਿੰਦੁਨ ਥਲ ਹੋਏ ਬినాਸ਼ ਤੇ ਇਸ ਥਾਂ ਨੂੰ ਮੈਂ ਜਲ ਦੇ ਭਰੇ ਹੋਏ ਥਾਂ ਨੂੰ ਸੁਕਾ ਦਿਆਂਗਾ ਤੇ ਜਿੰਦਾ ਵੀ ਹਿੰਦੂ ਇੱਥੇ ਆ ਕੇ ਪੂਜਾ ਕਰਦਾ ਹੈ ਜੋ ਵੀ ਹਿੰਦੂ ਲੋਕ ਆਉਂਦੇ ਹਨ ਇਹਨਾਂ ਦੇ ਸਥਾਨ ਦਾ ਨਾਸ਼ ਹੋ ਜਾਏਗਾ ਕਰਨ ਹਸਕ ਹੈ ਇਸ ਹੈ ਪ੍ਰਕਾਸ਼ ਤੇ ਇਸ ਤੀਰਥ ਨੂੰ ਫਿਰ ਬਹੁਤ ਸਾਰੇ ਹਿੰਦੂ ਆ ਕੇ ਪ੍ਰਗਟ ਵੀ ਨਹੀਂ ਕਰ ਸਕਣਗੇ ਸੁਣ ਕੇ ਬਾਕ ਸਭਾ ਸਦ ਸਾਰੇ ਤੇ ਸਭਾ ਇਹ ਲਗਾਈ ਹੋਈ ਐ ਜਿਸ ਵਿੱਚ ਇਹ ਬੋਲ ਔਰੰਗਜੀਬ ਨੇ ਸੁਣਾਏ ਐ ਸਭਾ ਵਿੱਚ ਬੈਠੇ ਹੋਏ ਕਾਜ਼ੀਆਂ ਮੁੱੱਲਾ ਨੇ ਜਦ ਸੁਣਿਆ ਸਤਕਾਰਤ ਕਰ ਜੋਰ ਉਚਾਰੇ ਦੋਵੇਂ ਹੱਥ ਜੋੜ ਜੋੜ ਕੇ ਅਗੋਂ ਬੜਾ ਹੀ ਸਤਕਾਰ ਕਰਦੇ ਹੋਏ ਔਰੰਗਜੀਬ ਨੂੰ ਕਹਿੰਦੇ ਹਨ ਜੋ ਅਬੇਲਾ ਆਖਾ ਹੋਏ ਤੁਮਾਰੀ ਕਹਿੰਦੇ ਹਨ ਕਿ ਪਾਦਸ਼ਾਹ ਸਲਾਮਤ ਜੋ ਤੁਹਾਡੀ ਇੱਛਾ ਹੋਵੇ ਉਹ ਤੁਸੀਂ ਕਰ ਸਕਦੇ ਹੋ ਪੁਰਬ ਹੋ ਸਗਲੀ ਬਿਨਾ ਅਵਾਰੀ ਬਿਨਾ ਦੇਰੀ ਤੋਹੀਂ ਇਹ ਜੋ ਤੀਰਥ ਦਾ ਜਿੰਨਾ ਵੀ ਇਹ ਸਰੋਵਰ ਬਣਿਆ ਹੋਇਆ ਹੈ ਸਭ ਨੂੰ ਪੂਰ ਸਕਦੇ ਹੋ ਜੇ ਜਮਨਾ ਕੋ ਚਹਤ ਹਟਾਈ ਹੋਰ ਵੀ ਜਿੰਨੀਆਂ ਤੁਹਾਡੀਆਂ ਇੱਛਾਵਾਂ ਹਨ ਨਾ ਉਹ ਤੁਸੀਂ ਪੂਰੀਆਂ ਕਰ ਸਕਦੇ ਹੋ ਤੇ ਬੜੀ ਸਮਰੱਥਾ ਦੇ ਤੁਸੀਂ ਮਾਲਕ ਹੋ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਕਿ ਮਥਰਾਪੁਰੀ ਦੇ ਪਾਸ ਜਮਨਾ ਵਹਿੰਦੀ ਹੈ ਉਹਨੂੰ ਤਾਂ ਮੈਂ ਰੋਕ ਨਹੀਂ ਸਕਦਾ ਪਰ ਅਸੀਂ ਸਮਝਦੇ ਹਾਂ ਕਿ ਤੁਸੀਂ ਜੇ ਚਾਹੋ ਤਾਂ ਉਹ ਜਿਹੜਾ ਜਮਨਾ ਦਾ ਪ੍ਰਵਾਹ ਵਹਿੰਦਾ ਹੈ ਉਹ ਉਸ ਨੂੰ ਵੀ ਰੋਕ ਢੱਕ ਸਕਦੇ ਹੋ ਸੋਪਲੇਤ ਕਰ ਰਚੈ ਉਪਾਈ ਤੇ ਇਸ ਪ੍ਰਕਾਰ ਉਹ ਜੋ ਸੋਪਲੇਤ ਕਰ ਰਚੈ ਉਪਾਈ ਉਹ ਵੀ ਪੂਰਾ ਕਰ ਸਕਦੇ ਹੋ ਤੁਸੀਂ ਬਹੁਤੇ ਯਤਨ ਜਦੋਂ ਸਿਰਜੇ ਜਾਣ ਬਣਾਏ ਰਤੀ ਜਾਣ ਅਰ ਇਹ ਅਰ ਇਹ ਤਾਲ ਅਲਪ ਹੈ ਬਾਤ ਤੇ ਇਹ ਤਾਲ ਦੀ ਤਲਾਬ ਨੂੰ ਪੂਰਨ ਦੀ ਤਾਂ ਛੋਟੀ ਜੀ ਗੱਲ ਐ ਜੋ ਜਮਨਾ ਨਦੀ ਦਾ ਪ੍ਰਵਾਹ ਉਥੋਂ ਦਾ ਮਥਰਾ ਦੇ ਪਾਸ ਜਿਹੜਾ ਵਹਿੰਦਾ ਏ ਉਸ ਨੂੰ ਰੋਕਣਾ ਚਾਹੋ ਤਾਂ ਰੋਕ ਸਕਦੇ ਹੋ ਕਰਹੋ ਪੁਰਾਵਨ ਅਬ ਬਖਿਆਤ ਤੇ ਇਹ ਤਾਂ ਤੁਸੀਂ ਜੋ ਇਸ ਪੁਰਖ ਪੁਸ਼ਕਰ ਤੀਰਥ ਨੂੰ ਪੂਰਨ ਆਏ ਪ੍ਰਗਟ ਹੀ ਹੋਣੇ ਛੇਤੀ ਹੀ ਕਰਵਾ ਸਕਦੇ ਹੋ ਕਮ ਰਾਬਰ ਹੁਕਮ ਦੇਣ ਕੀ ਦੇਰੀ ਤੇ ਇਸ ਤਰ੍ਹਾਂ ਕਾਜੀ ਮੁੱਲਾ ਔਰੰਗਜੀਬ ਨੂੰ ਮੁਖਾਤਬ ਕਰ ਕਹਿੰਦੇ ਨੇ ਕਿ ਜੇਕਰ ਤੁਸੀਂ ਹੁਕਮ ਕਰ ਦਿਓ ਤਾਂ ਤੁਹਾਡੇ ਹੁਕਮ ਕਰਨ ਦੀ ਹੀ ਇੱਕ ਦੇਰ ਹੋਵੇਗੀ ਪੂਰਨ ਹੋਏ ਆਪ ਲਹੋ ਹੈਰੀ ਤੇ ਇਹ ਜਿਹੜਾ ਕਾਰਜ ਹੈ ਨਾ ਤੁਹਾਡਾ ਜੋ ਤੁਸੀਂ ਚਾਹੁੰਦੇ ਹੋ ਇਸ ਤਲਾਬ ਨੂੰ ਪੂਰਨਾ ਪੂਰਾ ਹੋ ਜਾਵੇਗਾ ਆਪੇ ਹੁਣ ਤੁਸੀਂ ਛੇਤੀ ਹੀ ਆਪਣੀਆਂ ਅੱਖਾਂ ਨਾਲ ਪੂਰਾ ਹੁੰਦਾ ਵੇਖ ਸਕਦੇ ਹੋ ਇਸਕੇ ਪੂਰਨ ਬਿਨਾ ਕਰਾਏ ਤੇ ਇਸ ਨੂੰ ਜੇਕਰ ਤੁਸੀਂ ਪੂਰਾ ਨਹਿਣਾ ਕਰਾਉਣਾ ਚਾਹੁੰਦੇ ਭਾਵ ਮਿੱਟੀ ਦੇ ਨਾਲ ਪੂਰਨਾ ਪੁਰਉਣਾ ਨਹੀਂ ਚਾਹੁੰਦੇ ਹੋ ਹੋ ਵਹ ਪੁੰਨ ਮੰਦਰ ਸਮਦਾਏ ਤਾਂ ਫਿਰ ਤਾਂ ਫਿਰ ਜੋ ਬਹੁਤ ਸਾਰੇ ਮੰਦਰ ਪੈਦਾ ਹੁੰਦੇ ਰਹਿਣਗੇ ਉਹਨਾਂ ਦੀ ਉਸਾਰੀ ਹੁੰਦੀ ਜਾਵੇਗੀ ਜੇਕਰ ਇਸ ਪੁਰਸ਼ਕਰ ਤੀਰਥ ਨੂੰ ਤੁਸੀਂ ਨਾਮ ਪੂਰਾ ਪੂਰ ਕਰਵਾਇਆ ਜੇ ਇਸ ਨੂੰ ਨਾਮ ਪਰਵਾਇਆ ਇਹਨੂੰ ਪੂਰਾ ਦਿਓ ਪਾਵੇ ਪੂਰਿਆ ਜਾਵੇ ਤਾਂ ਫਿਰ ਜਿੰਨੇ ਵੀ ਸਭ ਮੰਦਰ ਜਿਹੜੇ ਦਿਵਾਲੇ ਢਾਏ ਨੇ ਉਹਨਾਂ ਦੀ ਉਪਮਾ ਗਾਂਤੋਂ ਨਹੀਂ ਪ੍ਰਗਟ ਹੋਏਗੀ ਵੱਡੋ ਹਿੰਦੂ ਅਨ ਕੋ ਇਹ ਥੰਬਾ ਕਿਉਂਕਿ ਇਹ ਜਿਹੜਾ ਸਥਾਨ ਹੈ ਪੁਸ਼ਕਰ ਤੀਰਥ ਦਾ ਇਹ ਹਿੰਦੂਆਂ ਦਾ ਵੱਡਾ ਥੰਮ ਨਿਆਈ ਹੀ ਹੈ ਉਹਨਾਂ ਦੇ ਧਰਮ ਦਾ ਇਹ ਆਸਰਾ ਰੂਪ ਹੈ ਹੇਰ ਹੇਰ ਜਲ ਮਾਨ ਅਚੰਭਾ ਕਿਉਂਕਿ ਜੋ ਇਹ ਜਲ ਵਾਲਾ ਭਰਿਆ ਹੋਇਆ ਤੀਰਥ ਹੈ ਤੇ ਬੜਾ ਹੀ ਸੁੰਦਰ ਜਲ ਇੱਥੇ ਦਿਸਦਾ ਹੈ ਬੜੇ ਸੋਹਣੇ ਦਰਸ਼ਨ ਹੁੰਦੇ ਆ ਤੇ ਜਿਹੜੇ ਵੇਖਣ ਵਾਲੇ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਮਨਾਂ ਵਿੱਚ ਆਨੰਦ ਵੀ ਬੜਾ ਹੁੰਦਾ ਹੈ ਤੇ ਬਹੁਤ ਅश्चर्यਤਾ ਪੈਦਾ ਹੁੰਦੀ ਹੈ ਇੱਥੋਂ ਵਾਲਾ ਇਹ ਜਲ ਦੇ ਨਾਲ ਭਰੇ ਹੋਏ ਤੀਰਥ ਦਾ ਜੋ ਸੁੰਦਰ ਕੌਤਕ ਵੇਖ ਕੇ ਜੋ ਕਿਛ ਮਨੋਰਥ 라ਵਰ ਕੇਰਾ ਤੇ ਜਿਹੜਾ ਵੀ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਮਨੋਰਥ ਹੈ ਨਾ ਇਸ ਤਰ੍ਹਾਂ ਕਾਜੀ ਮੁੱਲਾ ਰੰਗਜੀਬ ਨੂੰ ਦੱਸ ਰਹੇ ਹਨ ਸੋ ਖੁਦਾਏ ਪੂਰੇ ਬਿਨ ਦੇਰਾ ਤੇ ਉਹ ਤਾਂ ਖੁਦਾ ਵੱਲੋਂ ਛੇਤੀ ਬਿਨਾ ਦੇਰੀ ਤੋਂ ਪੂਰਾ ਕਰ ਦਿੱਤਾ ਜਾਵੇਗਾ ਇਹ ਮਨੋਰੰਗ ਸੁਨ ਹਰਖ ਉਪਾਯੋ ਭਾਵ ਤੁਹਾਡਾ ਜੋ ਮਨੋਰਥ ਹੈ ਤੁਹਾਡਾ ਜੋ ਫੁਰਨਾ ਹੀ ਛੇਤੀ ਪੂਰਾ ਹੋ ਜਾਏਗਾ ਕਾਜ਼ੀਆਂ ਮੁੱਲਾ ਤੋਂ ਜਦ ਸੁਣਿਆ ਤਾਂ ਆਪਣੀ ਖੁਸ਼ਾਮਦੀ ਸੁਣ ਕੇ ਔਰੰਗਜੀਬ ਬਹੁਤ ਖੁਸ਼ ਹੋਇਆ ਦਾਰੋ ਮ੍ਰਿਤਕਾ ਹੁਕਮ ਅਲਾਇਓ ਇਸ ਤਰ੍ਹਾਂ ਇਸਨੇ ਫਿਰ ਹੁਕਮ ਕਹਿ ਦਿੱਤਾ ਏ ਕਰ ਦਿੱਤਾ ਹੁਕਮ ਕਿ ਓਏ ਇਹ ਜੋ ਤੀਰਥ ਹੈ ਪੁਸ਼ਕਰ ਤੀਰਥ ਇਸ ਵਿੱਚ ਮਿੱਟੀ ਪਵਾ ਕੇ ਤੇ ਛੇਤੀ ਇਸ ਨੂੰ ਪਰਵਾ ਦਿਓ ਇਸ ਬਿਨ ਪੂਰੇ ਮੈਂ ਨਹਿ ਜਾਣਾ ਇਸ ਨੂੰ ਪੂਰਨ ਤੋਂ ਬਗੈਰ ਮੈਂ ਇਥੋਂ ਜਾਵਾਂਗਾ ਨਹੀਂ ਛੇਤੀ ਨੇਜੇ ਹਜ਼ੂਰ ਹੈ ਰੋਂ ਇਸ ਥਾਨਾ ਤੇ ਇਸ ਥਾਂ ਤੇ ਮੈਂ ਆਪਣੇ ਪਾਸ ਹੀ ਇਸ ਨੂੰ ਪੂਰਿਆ ਜਾਂਦਾ ਵੇਖਾਂਗਾ ਬਹੁਤ ਮਿਹਨਤੀ ਦੇ ਹੁ ਲਗਾਏ ਤੇ ਤੁਸੀਂ ਜੇਕਰ ਛੇਤੀ ਨਾ ਨਾ ਕਾਰਜ ਹੁੰਦਾ ਹੋਵੇ ਤਾਂ ਹੋਰ ਬਹੁਤੇ ਮਿਹਨਤ ਕਰਨ ਕਰਾਉਣ ਵਾਲੇ ਜੋ ਮਜ਼ਦੂਰ ਹਨ ਉਹ ਲਗਾ ਦਿਓ ਅਧਿਕ ਮਜ਼ੂਰੀ ਤਨਹੇ ਦਿਵਾਏ ਤੇ ਉਹਨਾਂ ਨੂੰ ਬਹੁਤੀ ਮਜ਼ਦੂਰੀ ਦੇ ਕੇ ਛੇਤੀ ਬਹੁਤੇ ਮਜ਼ਦੂਰਾ ਨੂੰ ਲਾਇਆ ਜਾਏ ਮ੍ਰਿਤਕਾ ਤੇ ਜਬ ਹੋਇ ਪੂਰਨ ਜਦੋਂ ਮਿੱਟੀ ਦੇ ਨਾਲ ਇਹ ਪੁਸ਼ਕਰ ਤੀਰਥ ਦਾ ਜਿੰਨਾ ਵੀ ਇਹ ਤਲਾਬ ਇਹ ਪੂਰਿਆ ਜਾਏਗਾ ਬਹੁ ਮਾਨਵਤੇ ਥਲ ਸਮਤੂਰਨ ਤੇ ਇਹ ਛੇਤੀ ਬਹੁਤੇ ਲੋਕਾਂ ਦੁਆਰਾ ਬਹੁਤੇ ਮਨੁੱਖਾਂ ਨੂੰ ਕੰਮ ਤੇ ਲਗਾ ਕੇ ਛੇਤੀ ਇਹ ਪਧਰਾ ਕਰ ਦਿੱਤਾ ਜਾਵੇ ਆਪਣੋ ਡੇਰਾ ਵਿੱਚ ਲਗਾਏ ਜਦੋਂ ਇਹ ਪੂਰਿਆ ਜਾਵੇਗਾ ਤਲਾਬ ਤਾਂ ਫਿਰ ਇਸ ਦੇ ਵਿੱਚ ਮੈਂ ਆਪਣਾ ਡੇਰਾ ਲਗਾਵਾਂਗਾ ਏਕ ਨਿਸਾ ਬਸ ਕੈ ਇਸ ਥਾਂ ਤੇ ਇਸ ਥਾਂ ਤੇ ਇੱਕ ਰਾਤ ਦਾ ਸਮਾਂ ਮੈਂ ਇੱਥੇ ਠਹਿਰਾਂਗਾ ਪੁਨ ਮੈਂ ਅਪਰ ਥਾਂ ਚਲ ਜੈ ਹਾਂ ਤੇ ਇੱਥੇ ਇੱਕ ਰਾਤ ਬਸ ਕੇ ਜੋ ਤੀਰਥ ਦੇ ਵਿਚਲਾ ਥਾਂ ਜੋ ਪੂਰਿਆ ਹੋਇਆ ਉੱਥੇ ਥੜਾ ਬਣਾ ਕੇ ਉੱਚੇ ਥਾਂ ਤੇ ਡੇਰਾ ਕਰਕੇ ਫਿਰ ਅਗਲਾ ਦਿਨ ਹੋਣ ਤੇ ਇੱਥੋਂ ਮੈਂ ਕੂਚ ਕਰਾਂਗਾ ਬੁੱਤ ਤੀਰਥ ਸਗਰੇ ਮਿਟਵੈ ਹਾਂ ਤੇ ਕੀ ਇਹ ਕੇਵਲ ਇੱਥੋਂ ਦਾ ਹੀ ਨਹੀਂ ਖਤਮ ਕਰਨਾ ਇਹ ਤੀਰਥ ਹੋਰ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਹਿੰਦੂਆਂ ਦੇ ਤੀਰਥ ਨੇ ਤੇ ਮੰਦਰ ਬਣੇ ਹੋਏ ਆ ਉਹਨਾਂ ਵਿੱਚ ਬੁੱਤ ਬਣੇ ਹੋਇਆ ਉਹ ਸਭ ਨੂੰ ਟਵਾਵਾਂਗਾ ਮੈਂ ਸਭ ਜਗ ਕਰਾਂ ਏਕ ਤੁਰਕਾਨਾ ਤੇ ਸਾਰੇ ਜਗਤ ਵਿੱਚ ਕਹਿੰਦਾ ਏ ਔਰੰਗਜ਼ੇਬ ਕਿ ਮੈਂ ਸਭ ਥਾਵਾ ਤੇ ਤੁਰਕਾਨਾ ਹੀ ਕਰ ਦਿਆਂ ਸਭ ਥਾਈ ਤੁਰਕ ਹੀ ਤੁਰਕ ਮੁਸਲਮਾਨ ਦਿਸਣਗੇ ਧਰਮ ਇਹ ਦਾਨ ਕਰਾਂ ਸਭ ਹਾਨਾ ਇਹ ਹਿੰਦੂਆਂ ਦਾ ਜਿਹੜਾ ਧਰਮ ਹੈ ਦਾ ਇਹਨਾਂ ਦੇ ਧਰਮ ਮੰਦਰ ਢਾ ਕੇ ਧਰਮ ਅਸਥਾਨਾਂ ਦੀ ਨਿਰਾਦਰੀ ਕਰਕੇ ਸਭ ਖਤਮ ਕਰ ਦਿਆਂਗਾ ਇੰਮ ਕਹੈ ਨਾਰੰਗ ਸਭ ਸੋ ਬਾਨ ਤੇ ਇਸ ਤਰ੍ਹਾਂ ਦੀ ਬੋਲੀ ਜਦੋਂ ਸੁਣਾਈ ਹੈ ਔਰੰਗਜੀਤ ਨੇ ਆਪਣੇ ਸਭ ਕਾਜੀ ਮੁੱਲਾਂ ਤੇ ਸੈਨਾਪਤੀਆਂ ਤਾਈਂ ਕਰੀ ਤਗੀਦ ਸ਼ੀਗਰਤਾਵਾਨ ਤੇ ਛੇਤੀ ਵਾਲੀ ਤਗੀਦ ਕੀਤੀ ਹੈ ਕਿ ਜੋ ਕੰਮ ਕਰਨਾ ਹੈ ਛੇਤੀ ਤੋਂ ਛੇਤੀ ਇਹ ਪੁਸ਼ਕਰ ਤੀਰਥ ਨੂੰ ਪੂਰਨ ਦਾ ਪੂਰਾ ਹੋ ਜਾਏ ਆਪਣੇ ਆਪਣੇ ਲਾਏ ਮਜ਼ਦੂਰ ਤੇ ਕਹਿ ਦਿੱਤਾ ਹੈ ਕਿ ਆਪੋ ਆਪਣੇ ਮਜ਼ਦੂਰ ਲਗਾਜ ਜਿਹੜੇ ਵੀ ਇਸ ਦੇ ਆਗੂ ਹਨ ਜੋ ਜ਼ਿੰਮੇਵਾਰ ਫੌਜਦਾਰ ਆਦਕ ਨੇ ਉਹਨਾਂ ਨੇ ਆਪੋ ਆਪਣੇ ਮਜ਼ਦੂਰ ਲਗਾ ਦਿੱਤੇ ਹਨ ਤੀਰਥ ਨੂੰ ਪੂਰਨ ਵਾਸਤੇ ਨਿਜ-ਨਿਜ ਦਿਸ਼ ਤੇ ਕੀ ਜਹਪੂਰ ਤੇ ਆਪੋ ਆਪਣੀ ਤਰਫੋਂ ਉਹ ਮਿੱਟੀ ਪਟਵਾ ਕੇ ਮਿੱਟੀ ਲਿਜਾ ਕੇ ਤੀਰਥ ਨੂੰ ਪੂਰਨ ਲੱਗ ਪਏ ਇਮ ਸੁਣ ਕੇ ਨਰ ਸਭਨ ਬੁਲਾਏ ਇਸ ਤਰ੍ਹਾਂ ਜਦੋਂ ਕਿਹਾ ਹੈ ਰੰਗਜੀਬ ਨੇ ਕਿਵੇਂ ਕਰੋ ਤਾਂ ਇਸ ਦੀ ਆਗਿਆ ਸੁਣ ਕੇ ਸਭ ਜਿੰਨੇ ਅਹਲਕਾਰ ਹਨ ਉਹਨਾਂ ਨੇ ਲੋਕਾਂ ਨੂੰ ਪਾਸ ਸਦਿਆ ਦੇਂਦੇ ਦਰਬਕਾਰ ਤਿਸਲਾਏ ਦੇ ਦੇ ਦਰਬ ਧਨ ਦੇ ਦੇ ਕੇ ਉਹਨਾਂ ਨੂੰ ਉਸ ਕੰਮ ਵਿੱਚ ਮਿੱਟੀ ਪਟਵਾ ਕੇ ਤੀਰਥ ਨੂੰ ਪੂਰਨ ਦਾ ਕੰਮ ਕਰਵਾਇਆ ਹੈ ਪਰ ਹੈ ਟੋਕਰੀ ਪੂਰਨ ਕਰਹਿ ਤੇ ਟੋਕਰੀਆਂ ਭਰ ਭਰ ਕੇ ਵਿੱਚ ਤੀਰਥ ਦੇ ਸੁੱਟਦੇ ਤੇ ਇਸ ਤਰ੍ਹਾਂ ਪੂਰਦੇ ਹਨ ਇਤ ਉਤ ਕਰਤ ਸੀਗਰਤਾ ਫਿਰਹਿ ਤੇ ਕਈ ਜਿਹੜੇ ਕੰਮ ਕਰਾਉਣ ਵਾਲੇ ਨੇ ਉੱਪਰ ਜਿਹੜੇ ਜ਼ਿੰਮੇਵਾਰ ਹਨ ਉਹ ਇੱਧਰ ਉੱਧਰ ਫਿਰਦੇ ਹੋਏ ਛੇਤੀ ਕਰਵਾਉਂਦੇ ਹਨ ਹੁਕਮ ਸ਼ਾਹ ਕੋ ਕਰਨਿ ਸ਼ਿਤਾਬੀ ਤੇ ਛੇਤੀ ਜਿਹੜਾ ਇਹ ਕੰਮ ਪੂਰਾ ਕਰਨ ਦਾ ਬਾਦਸ਼ਾਹ ਇਹ ਉਹ ਜੋ ਔਰੰਗਜ਼ੇਬ ਹੈ ਇਸ ਦਾ ਹੁਕਮ ਹੈ ਕਰੋ ਤਾਲ ਸਕ ਲੋ ਬਿਨ ਆਬੀ ਤੇ ਜੋ ਇਸ ਨੇ ਹੁਕਮ ਕੀਤਾ ਹੋਇਆ ਉਹ ਹੁਕਮ ਅੱਗੇ ਦੱਸਦੇ ਨੇ ਕਿ ਇਹ ਜਿਹੜਾ ਤਲਾਬ ਹੈ ਇਸ ਨੂੰ ਛੇਤੀ ਮਿੱਟੀ ਨਾਲ ਪੂਰ ਕੇ ਬਿਨਾ ਪਾਣੀ ਤੋਂ ਕਰ ਦਿਓ ਨਿਜ ਨਿਜ ਦੇਸ਼ ਸੂਬੇ ਹੋਏ ਖਰੇ ਤੇ ਆਪੋ ਆਪਣੇ ਪਾਸਿਆਂ ਵੱਲ ਜਿੱਥੇ ਜਿੱਥੇ ਜਿਹੜਾ ਜਿਹੜਾ ਥਾ ਵੰਡਿਆ ਹੈ ਇਨ੍ਹਾਂ ਇਨ੍ਹਾਂ ਪੂਰਨਾ ਪੁਰਵ ਵਣਾਏ ਜੋ ਸੂਬੇ ਹਨ ਉਹ ਫੌਜਾਂ ਸਮੇਤ ਖੜੇ ਹਨ ਕਾਰ ਕਰਾ ਵਹਿ ਤੂਰਨ ਕਰੇ ਤੇ ਛੇਤੀ ਹੀ ਜੋ ਇਹ ਕਾਰਜ ਹੈ ਤੀਰਥ ਨੂੰ ਪੂਰਨ ਦਾ ਕਰਵਾ ਰਹੇ ਹਨ ਮਜ਼ਦੂਰਾਂ ਦੇ ਪਾਸੋਂ ਅਪਣ ਅਦਕਤਾ ਕੋ ਦਿਖਰਾਏ ਤੇ ਆਪੋ ਆਪਣੀ ਵਿਸ਼ੇਸ਼ਤਾ ਦਸ ਦਿਖਾਉਂਦੇ ਨੇ ਕਿ ਮੈਂ ਪੂਰਾ ਛੇਤੀ ਕਰਾਉਂਦਾ ਹਾਂ ਬਹੁਤਾ ਥਾਂ ਛੇਤੀ ਜੋ ਮਿੱਟੀ ਦੇ ਨਾਲ ਪਰਵਾਦਿਆਂਗਾ ਤਾਂ ਮੇਰੇ ਉੱਪਰ ਜੋ ਬਾਦਸ਼ਾਹ ਬਹੁਤ ਖੁਸ਼ ਹੋਏਗਾ ਜਹਾਂ ਪ੍ਰਸੰਨਤਾ ਸਾਹੋ ਉਪਾਏ ਇਸ ਤਰ੍ਹਾਂ ਜਿਹੜੇ ਸੂਬੇਦਾਰ ਨੇ ਉਹ ਆਪਣੀਆਂ ਫੌਜਾਂ ਸਮੇਤ ਫੌਜਾਂ ਦੇ ਰਾਹੀਂ ਮਜ਼ਦੂਰਾਂ ਦੇ ਕੋਲੋਂ ਤੀਰਥ ਨੂੰ ਪੂਰਨ ਦਾ ਕੰਮ ਕਰਾ ਰਿਹਾ ਹੈ ਚਾਹੁੰਦੇ ਹਨ ਕਿ ਸਾਡੇ ਉੱਪਰ ਬਾਦਸ਼ਾਹ ਬਹੁਤਾ ਖੁਸ਼ ਹੋਏ ਲਗੇ ਮਜ਼ੂਰ ਹਜ਼ਾਰੋਂ ਕਾਰ ਤੇ ਹਜ਼ਾਰਾਂ ਹੀ ਮਜ਼ਦੂਰ ਲਗਾਏ ਹੋਏ ਹਨ ਤੀਰਥ ਪੂਰਨ ਦੇ ਕੰਮ ਵਿੱਚ ਕਰਤ ਸ਼ੀਗਰਤਾ ਮ੍ਰਿਤਕਾ ਡਾਰ ਮਿੱਟੀ ਪਾਪ ਆ ਕੇ ਛਿੱਤ ਹੀ ਇਹ ਪੂਰ ਰਹੇ ਹਨ ਤੀਰਥ ਨੂੰ ਇਸ ਪ੍ਰਕਾਰ ਸਾਧ ਸੰਗਤ ਇਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਹੋਈ ਹੈ ਸੋ ਜਿਵੇਂ ਜਿਹੜਾ ਔਰੰਗਜ਼ੇਬ ਹੈ ਉਹ ਪੁਸ਼ਕਰ ਤੀਰਥ ਨੂੰ ਪੂਰਨ ਦਾ ਕੰਮ ਕਰਵਾ ਰਿਹਾ ਹੈ ਆਪਣੇ ਅਹਿਲਕਾਰਾਂ ਨੂੰ ਆਪਣੇ ਸੈਨਾਪਤੀਆਂ ਫੌਜਦਾਰਾਂ ਨੂੰ ਕਹਿ ਕੇ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਲਗਵਾ ਕੇ ਇਹ ਜੋ ਪ੍ਰਸੰਗ ਆਪ ਨੇ ਸਰਵਣ ਕੀਤਾ ਹੈ ਅੱਗੇ ਜਿਸ ਪ੍ਰਕਾਰ ਸੋ ਜਿਵੇਂ ਇਸ ਨੇ ਤੀਰਥ ਪੂਰਦਿਆ ਹੋਇਆ ਇਸ ਦੇ ਕੰਮ ਵਿੱਚ ਵਿਗਨ ਪਿਆ ਹੈ ਪਾਣੀ ਚੜ੍ਹ ਕੇ ਜਿਸ ਪ੍ਰਕਾਰ ਆਇਆ ਜਿਸ ਤਰ੍ਹਾਂ ਇਸ ਨੂੰ ਦੁਖੀ ਹੋਣਾ ਪਿਆ ਹੈ ਜਿਵੇਂ ਪਛਤਾਉਣਾ ਪਿਆ ਅਗਲੇ ਦੀਵਾਨ ਵਿੱਚ ਪ੍ਰਸੰਗ ਦੀ ਵਿਚਾਰ ਸਰਵਣ ਕਰਨੀ ਪੌਲਚੁਕ ਦੀ ਖਿਮਾ ਅਗੇ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਤਿ ਬਖਸ਼ਿਸ਼ ਕਰਨਾ ਜੀ ਲਗੇ ਮਜ਼ੂਰ ਹਜ਼ਾਰੋਂ ਕਾਰ ਕਰਤ ਸ਼ੀਗਰਤਾ ਮਰਤ ਕਾ ਡਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ